9 ਬੈਂਡ ਦਬਾਤੇ, ਹਾਂਜੀ ਆਪ 5.5 ਬੈਂਡ ਵਾਲੇ ਹੁੰਦੇ ਆ, ਦਬਾ 9 ਬੈਂਡ ਰਹੇ ਹੁੰਦੇ ਆ, ਐਬਸੋਲੂਟ 9 ਬੈਂਡ ਰਾਈਟਿੰਗ 'ਚ ਦਬਾਤੇ। ਮੈਂ ਕਹਿੰਦਾ ਪਤਾ ਨਹੀਂ ਇਹਨਾਂ ਦੇ ਉੱਪਰ ਕੋਈ ਕੰਟਰੋਲ ਨਹੀਂ ਹੈਗਾ ਜਿਹੜੇ ਕਰ ਸਕਣ। ਗੋਰਾ ਵੀ ਪੇਪਰ ਦੇਣ ਬੈਠੇ ਰਾਈਟਿੰਗ 'ਚ 8.5 ਲੈਂਦੇ ਲੈਂਦੇ ਉਹਦੀ ਜਾਨ ਨਿਕਲਣ 'ਤੇ ਆ ਜਾਂਦੀ ਹੈ, ਅਤੇ ਇਹਨਾਂ ਨੇ ਪਤਾ ਨਹੀਂ ਕਿਵੇਂ ਸਾਰੀਆਂ ਅਖਬਾਰਾਂ ਹੀ ਭਰੀਆਂ ਹੋਈਆਂ ਨੇ। ਮੈਂ ਕਹੂੰਗਾ ਫਾਲਸ ਕਲੇਮਸ ਨੇ ਸਰ, ਫਾਲਸ ਕਲੇਮ ਨੇ। ਉਹ ਦੱਸਿਓ ਨੰਬਰ ਜਿਹਦਾ ਤੁਸੀਂ ਵਾਕਈ ਰਿਕਾਰਡ ਵੀ ਸ਼ੋਅ ਕਰ ਸਕੋ ਅਤੇ ਉਹਦਾ ਵਿਦ ਪ੍ਰੂਫ ਤੁਸੀਂ ਕਹੋਗੇ। ਇਹ ਬਹੁਤ ਮਾਣ ਵਾਲੀ ਅਤੇ ਵੱਡੀ ਗੱਲ ਆ ਕਿ ਤੁਸੀਂ ਕਿਸੇ ਨੂੰ ਸਮਝਾਉਣ ਦੇ ਲਾਇਕ ਬਣੇ ਹੋ, ਇਨਸਾਨੀਅਤ ਵੀ ਆ ਅਤੇ ਕੰਮ ਵੀ ਆ। ਲੇਕਿਨ ਜੇ ਤੁਸੀਂ ਇਹੀ ਗੱਲ ਇਹਨਾਂ ਦੁਕਾਨਦਾਰਾਂ ਨੂੰ ਕਹੋ ਜਿਨ੍ਹਾਂ ਦੇ ਆਇਲ ਸੈਂਟਰ ਆ, ਇਹਨਾਂ 'ਚ ਕੋਈ ਨਹੀਂ ਕਰਾ ਪਾਊਗਾ। ਪਤਾ ਕਿਉਂ? ਕਿਉਂਕਿ ਇਹਨਾਂ ਨੇ ਤਾਂ ਸਰ ਕਾਰ ਚਲਾਉਣੀ ਆ ਜਿਹੜੀ ਨਵੀਂ ਕਢਾਈ ਆ, ਵੀਡੀਓ ਦੇ ਉੱਤੇ ਉੱਚੀ ਉੱਚੀ ਰੌਲਾ ਪਾਉਣਾ ਵਾ ਇਹਨਾਂ ਨੇ। ਇਹਨਾਂ ਨੂੰ ਜੇ ਤੁਸੀਂ ਆਇਲਸ ਦੀ ਫੁੱਲ ਫਾਰਮ ਪੁੱਛ ਲਓ ਜਾਂ ਇਹਨਾਂ ਨੂੰ ਆਇਲਸ ਦੀ ਨਵੀਂ ਅਪਡੇਸ਼ਨ ਪੁੱਛ ਲਓ, ਇਹਨਾਂ ਨੂੰ ਕੁਛ ਨਹੀਂ ਆਉਣਾ। ਨਹੀਂ, ਆਇਲਸ ਨਹੀਂ ਦੱਸ ਸਕਦੇ ਕਿਉਂਕਿ ਇਹਨਾਂ ਲਈ ਆਈਲੈਟਸ ਹੈ। ਹੁਣ ਇੱਥੇ ਤਾਂ ਸਟੂਡੈਂਟ ਦੀ ਆਪਣੀ ਮਜਬੂਰੀ ਬਣ ਗਈ ਨਾ, ਉਹ ਕਹਿੰਦਾ ਚਲੋ ਫਿਰ ਤੈਨੂੰ ਮੈਂ, ਵੈਸੇ ਤਾਂ ਆਪਣੇ ਮੂੰਹੋਂ ਕਹਿੰਦੇ ਨਹੀਂ ਗੇ ਕਿਉਂਕਿ ਕਮਿਸ਼ਨ ਦਾ ਵੀ ਇਹਦੇ ਵਿੱਚ ਇਸ਼ੂ ਹੈ। ਚਲੋ ਸਟੂਡੈਂਟਸ ਨੇ ਉਹਨਾਂ ਗੱਲਾਂ ਨਾਲ ਕੀ ਲੈਣਾ ਦੇਣਾ, ਨਾ ਤੁਸੀਂ ਉਹਨਾਂ ਨੂੰ ਦੇਣਾ ਤੇ ਨਾ ਉਹਨਾਂ ਤੋਂ ਲੈਣਾ। ਬਟ ਇੱਥੇ ਕੀ ਹੁੰਦਾ ਕਿ ਸਟੂਡੈਂਟ ਕਿਉਂਕਿ ਆਪਣੇ ਡਿਜ਼ਾਇਰ ਡੈਸਟੀਨੇਸ਼ਨ ਤੇ ਪਹੁੰਚਿਆ ਨਹੀਂ, ਜਿਹਦੇ ਕਰਕੇ ਉਹਦੀ ਉੱਥੇ ਜਾ ਕੇ ਮਜਬੂਰੀ ਹੋ ਗਈ ਕਿ ਮੈਂ ਡੈਸਟੀਨੇਸ਼ਨ ਆਪਣਾ ਚੇਂਜ ਕਰ ਲਾਂ। ਬਟ ਤੁਸੀਂ ਤਾਂ ਕਹਿੰਦਾ ਵੀ ਗਲੋਬ ਤੇ ਹੱਥ ਲਾ ਦਿਓ, ਜਿੱਥੇ ਹੱਥ ਲਾ ਤਾ ਉੱਥੇ ਭੇਜ ਦਾਂਗੇ। ਐਬਸੋਲੂਟਲੀ ਫਿਰ ਮੈਨੂੰ ਤਾਂ ਲੱਗਦਾ ਤੁਹਾਡਾ ਕੋਈ ਸਟੂਡੈਂਟ ਚੇਂਜ ਕਰਦਾ ਨਹੀਂ ਉਹਨਾਂ ਨੂੰ ਜ਼ਰੂਰ ਫਾਈਲ ਲੌਜਮੈਂਟ ਕੀਤੀ ਆ। ਦੈਟਸ ਵਾਈ ਵੀ ਆਰ ਸੇਇੰਗ ਆਰਸੈਲਫ ਦੈਟ ਵੀ ਆਰ ਐਕਸਪਰਟ। ਸਾਡੀ ਪੂਰੀ ਟੀਮ, ਪੂਰਾ ਪੈਨਲ ਕਾਨਫਰੰਸ ਰੂਮ 'ਚ ਬੈਠਾ, ਰਮਨ ਸਰ ਨੇ ਸਪੈਸ਼ਲ ਸਾਰਿਆਂ ਨਾਲ ਡਿਸਕਸ਼ਨ ਕੀਤੀ ਔਰ 6 ਈਚ 5.51 ਮੋਡਿਊਲ, 5.5 2 ਮੋਡਿਊਲ, 1 ਮੋਡਿਊਲ 5, 1 ਮੋਡਿਊਲ 4.5। ਅਸੀਂ ਇਹਨਾਂ ਸਾਰੇ ਕੈਟਾਗਰੀਜ਼ PT 60, 61, 62, 59 ਮੈਂ ਇਸ ਚੀਜ਼ ਨੂੰ ਵੈਸੇ ਪਤਾ ਕਾਹਦੇ ਨਾਲ ਰਿਲੇਟ ਕਰਦਾ ਵੀ ਸਰਕਾਰ ਨੇ ਕਿਹਾ ਹੋਵੇ ਵੀ ਜੇ ਤੁਹਾਡੇ ਕੋਲ ਪੁਰਾਣਾ 500 ਜਾਂ 1000 ਦਾ ਨੋਟ ਪਿਆ ਉਹ ਵੀ ਚੱਲ ਜਾਏਗਾ। ਨੋਟਿਸ ਕਰਕੇ ਦੇਖਿਆ ਕਿੰਨੇ ਬੱਚੇ ਨੇ ਵਿਚਾਰੇ ਆਇਲਸ ਦਾ ਐਗਜ਼ਾਮ ਦੇਣ ਜਾਂਦੇ ਨੇ, ਨਾਲ ਆਪਣੇ ਗੋਲਡ ਕੋਸਟ ਆ, ਜਦੋਂ ਸਰਟੀਫਿਕੇਟ ਆਉਂਦਾ ਦੇਖਦੇ 5.5 ਇੱਕ ਚੁਰੇ ਗਏ, 5 ਇੱਕ ਚੁਰੇ ਗਏ, ਚਲੋ ਫਿਰ ਪੇਪਰ ਦੇਣ ਜਾਓ, ਫਿਰ ਗੇੜਾ ਕੱਢ ਕੇ ਚਲੋ ਫਿਰ। ਚਲੋ ਦੀਪਕ ਠੀਕ ਠਾਕ। ਤਾਂ ਫਿਰ ਦੋਸਤੋ ਅੱਜ ਮੋਗਾ ਦੀ ਇੱਕ ਬਹੁਤ ਨੇਮਡ ਆਰਗੇਨਾਈਜੇਸ਼ਨ ਐਕਸਪਰਟ ਸਾਡੇ ਸਾਹਮਣੇ ਬੈਠੇ ਨੇ ਅਤੇ ਆਰਗੇਨਾਈਜੇਸ਼ਨ ਦਾ ਨਾਮ ਕੀ ਹੈ ਮੈਂ ਨਹੀਂ ਦੱਸਣਾ ਕਿਉਂਕਿ ਮੈਨੂੰ ਪਤਾ ਇਸ ਵੀਡੀਓ ਨੂੰ ਦੇਖਣ ਵਾਲੇ ਹਰ ਦੂਸਰੇ ਬੱਚੇ ਨੂੰ ਸ਼ਾਇਦ ਆਰਗੇਨਾਈਜੇਸ਼ਨ ਦਾ ਨਾਮ ਪਤਾ। ਸੋ ਕਮੈਂਟ ਸੈਕਸ਼ਨ 'ਚ ਤੁਸੀਂ ਦੱਸਣਾ ਕਿ ਮੈਂ ਅੱਜ ਕਿੱਥੇ ਆਇਆ। ਮੇਰੇ ਸਾਹਮਣੇ ਨੇ ਦੀਪਕ ਕੌੜਾ ਜੀ, ਬਹੁਤ ਬਹੁਤ ਸਾਰੇ ਸਟੂਡੈਂਟਸ ਦਾ ਇਹ ਐਬਰੋਡ ਜਾਣ ਦਾ ਡ੍ਰੀਮ ਪੂਰਾ ਕਰ ਚੁੱਕੇ ਨੇ। ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਨੋਟਿਸ ਕਰ ਰਹੇ ਹਾਂ ਕਿ ਲੋਕਾਂ ਨੂੰ ਲੱਗ ਰਿਹਾ ਕਿ ਹੁਣ ਸ਼ਾਇਦ ਬਾਹਰ ਜਾਣ ਦਾ ਰੁਝਾਨ ਘੱਟ ਜਾਏਗਾ। ਇਸ ਗੱਲ 'ਤੇ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਡਿਟੇਲ 'ਚ ਡਿਸਕਸ਼ਨ ਕਰਾਂਗਾ, ਲੇਕਿਨ ਅੱਜ ਦਾ ਜਿਹੜਾ ਵੀਡੀਓ ਬਣਾਉਣ ਦਾ ਇੱਕ ਕਾਰਨ ਇਹ ਵੀ ਆ ਕਿ ਨਾ ਸਿਰਫ ਹੁਣ ਮੈਂ, ਜਿਵੇਂ ਕਿ ਤੁਹਾਨੂੰ ਪਤਾ, ਸਿਰਫ ਆਇਲਸ ਟ੍ਰੇਨਿੰਗ ਦੇ ਵਿੱਚ ਹੈਲਪ ਕਰ ਰਿਹਾ ਸੀ, ਬਟ ਹੁਣ ਮੈਂ ਤੁਹਾਨੂੰ ਅੱਛੇ ਅੱਛੇ ਵੀਜ਼ਾ ਐਕਸਪਰਟਸ ਦੇ ਨਾਲ ਵੀ ਰੂਬਰੂ ਕਰਾਇਆ ਕਰੂੰਗਾ। ਲੇਕਿਨ ਇੱਥੇ ਅੱਜ ਕੈਨੇਡਾ ਨੇ ਬਹੁਤ ਵੱਡੀ ਅਪਡੇਟ ਦਿੱਤੀ ਆ ਜੋ ਹਰ ਇੱਕ ਵੀਜ਼ਾ ਐਪਲੀਕੈਂਟ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਆ। ਸੋ ਉਸ ਅਪਡੇਟ ਨੂੰ ਅਸੀਂ ਇਸ ਦੇ ਵੀਡੀਓ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ, ਲੇਕਿਨ ਇਹ ਚੀਜ਼ ਹੋਏਗੀ ਥੋੜ੍ਹੀ ਦੇਰ ਦੇ ਵਿੱਚ ਹੀ ਤੁਹਾਡੇ ਨਾਲ ਸ਼ੇਅਰ। ਲੇਕਿਨ ਉਸ ਤੋਂ ਪਹਿਲਾਂ ਹਲਕੀਆਂ ਫੁਲਕੀਆਂ ਗੱਲਾਂ ਦੇ ਨਾਲ ਦੀਪਕ ਜੀ ਦੇ ਨਾਲ ਵੀਡੀਓ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮੱਚ, ਤੁਸੀਂ ਇੰਨੇ ਪਿਆਰ ਭਰੇ ਤਰੀਕੇ ਦੇ ਨਾਲ ਮੈਨੂੰ ਇੰਟਰੋਡਿਊਸ ਕਰਾਇਆ ਵਿਊਅਰਸ ਦੇ ਨਾਲ। ਸੋ ਉਹਦੇ ਲਈ ਅਸੀਂ ਤਹਿ ਦਿਲ ਤੋਂ ਤੁਹਾਡੇ ਧੰਨਵਾਦੀ ਹਾਂ। ਐਂਡ ਤੁਸੀਂ ਜਿੰਨੇ ਵੀ ਸਾਰੇ ਕੁਐਸਚਨ ਪੁੱਛੋਗੇ
ਆਪਾਂ ਉਹਦਾ ਲੌਜੀਕਲੀ ਆਨਸਰ ਤੁਹਾਨੂੰ ਐਂਡ ਤੁਹਾਡੇ ਵਿਊਜ਼ ਨੂੰ ਪੇਸ਼ ਕਰਾਂਗੇ, ਐਂਡ ਮੇਰੇ ਵੀ ਚਾਹੁਣ ਵਾਲੇ ਬਹੁਤ ਸਾਰੇ ਦੇਖਣਗੇ ਔਰ ਉਹਨਾਂ ਨੂੰ ਪਤਾ ਲੱਗੂਗਾ ਕਿ ਜਿਹੜਾ ਵੀ ਸਾਡੇ ਕੋਲ ਆਨਸਰ ਪਹੁੰਚ ਰਿਹਾ ਉਹਦਾ ਕੋਈ ਮੀਨਿੰਗ ਆ, ਮਤਲਬ ਆ। ਬਿਲਕੁਲ ਸਹੀ ਗੱਲ ਆ, ਕਿਉਂਕਿ ਤੁਹਾਨੂੰ ਪਤਾ ਜਦੋਂ ਮੈਂ ਟੀਚ ਕਰਦਾ ਲੌਜਿਕ ਦੇ ਨਾਲ ਕਰਦਾ, ਅਤੇ ਜੇ ਹੁਣ ਮੈਂ ਇਸ ਤੁਹਾਨੂੰ ਜਿਵੇਂ ਕਿਹਾ ਕਿ ਇੰਟਰੋਡਿਊਸ ਕਰਾਉਣ ਵਾਲੇ ਕੰਮ 'ਚ ਆਇਆ, ਉਹ ਵੀ ਇੱਕ ਬੜੇ ਲੌਜਿਕ ਦੇ ਨਾਲ ਆਇਆ। ਤਾਂ ਫਿਰ ਲੌਜਿਕ ਦੀ ਗੱਲ ਇੱਥੋਂ ਹੀ ਸਟਾਰਟ ਕਰਦੇ ਹਾਂ ਕਿ ਸਰ ਤੁਸੀਂ ਇਸ ਬਿਜ਼ਨਸ 'ਚ ਕਿਵੇਂ ਆਏ ਅਤੇ ਕਦੋਂ ਤੋਂ ਤੁਸੀਂ ਆਪਣੀ ਐਕਸਪਰਟ ਸਰਵਿਸਿਜ਼ ਸਟੂਡੈਂਟਸ ਨੂੰ ਦੇ ਰਹੇ ਹੋ? ਬਿਜ਼ਨਸ ਦੇ ਵਿੱਚ ਐਜ਼ ਲਾਈਕ ਸਭ ਨੂੰ ਪਤਾ ਵਾ ਕਿ 2017 ਦੇ ਵਿੱਚ ਮੈਂ ਇੰਡੀਆ ਆਇਆ। ਓਕੇ, ਮੈਂ ਅਤੇ ਮੇਰੇ ਪਾਰਟਨਰ ਰਮਨ ਸਰ, ਠੀਕ ਹੈ, ਅਸੀਂ ਇਕੱਠੇ ਸਟੱਡੀ ਕਰਦੇ ਹੁੰਦੇ ਸੀ। ਵੀ ਆਰ ਨੋਟ ਏ ਪਾਰਟਨਰਸ, ਵੀ ਆਰ ਏ ਬ੍ਰਦਰਸ, ਵੀ ਆਰ ਕਲਾਸਮੇਟਸ। ਮੈਂ ਅਤੇ ਰਮਨ ਸਰ ਨੇ ਸੋਚਿਆ ਕਿ ਅਸੀਂ ਇਕੱਠੇ ਆਫਿਸ ਕਰੀਏ, ਔਰ ਇਸ ਆਫਿਸ ਦੀ ਨੀਂਹ ਜਦੋਂ ਅਸੀਂ ਪਹਿਲੇ ਦਿਨ ਰੱਖਣੀ ਸੀ, ਸਾਡਾ ਪਹਿਲਾ ਹੀ ਮੋਟਿਵ ਸੀਗਾ ਕਿ ਇਹ ਇੰਡਸਟਰੀ ਜਿਹੜੀ ਕਿ ਅਸੀਂ ਬਾਹਰ ਬੈਠੇ ਵੀ ਸੋਚਦੇ ਸੀ, ਜਦੋਂ ਮੈਂ ਜਾਣਾ ਸੀ ਉਦੋਂ ਵੀ ਸੋਚਦੇ ਸੀ, ਅੱਜ ਵੀ ਇਹੀ ਸੋਚਦੇ ਹਾਂ ਕਿ ਇਹਦੇ ਨਾਮ ਨਾਲ ਨਾ ਇੱਕ ਠੱਗ ਸ਼ਬਦ ਦਾ ਨਾਮ ਜੁੜਦਾ ਵਾ। ਬਿਲਕੁਲ, ਉਹਨੂੰ ਆਪਾਂ ਦੂਰ ਕਰਨਾ, ਦੂਰ ਇਸ ਕਰਕੇ ਕਰਨਾ ਵਾ ਕਿ ਜਦੋਂ ਆਪਾਂ ਇੱਕ ਸਟੂਡੈਂਟ ਵੀਜ਼ਾ ਲਾਉਂਦੇ ਹਾਂ ਉਹ ਇੱਕ ਪਿਓਰ ਕੰਸਲਟੈਂਸੀ ਦੀ ਪਰਿਭਾਸ਼ਾ ਵਾ ਕਿ ਤੁਹਾਡੇ ਕੋਲ ਕਿਸੇ ਵੀ ਐਪਲੀਕੈਂਟ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਦੇ ਬਾਰੇ ਪੁੱਛਣਾ, ਤੁਸੀਂ ਉਹਨੇ ਤੁਹਾਡੇ ਨਾਲ ਕੰਸਲਟ ਕੀਤਾ, ਤੁਸੀਂ ਉਹਨੂੰ ਕੰਸਲਟੇਸ਼ਨ ਦਿੱਤੀ ਆ, ਐਜ਼ ਲਾਈਕ ਆਪਾਂ ਡਾਕਟਰ ਕੋਲ ਗਏ, ਵਕੀਲ ਕੋਲ ਗਏ, ਆਪਾਂ ਆਪਣੇ ਕੇਸ ਬਾਰੇ ਕੰਸਲਟ ਕੀਤਾ, ਉਹਨੇ ਕੰਸਲਟੇਸ਼ਨ ਕੀਤੀ ਆ। ਸਰਵਿਸ ਪ੍ਰੋਵਾਈਡ ਹੋਣ ਤੋਂ ਬਾਅਦ ਦੇ ਵਿੱਚ ਸਟੂਡੈਂਟ ਦੀ ਇੱਛਾ ਦੇ ਅਨੁਸਾਰ ਮੰਗਿਆ ਹੋਇਆ ਉਹਨੂੰ ਕਾਲਜ ਦੇਣਾ ਵਾ, ਉਹਦੀ ਆਫਰ ਲੈਟਰ ਅਪਲਾਈ ਹੋ ਗਈ, ਉਹਨੇ ਫੀਸ ਬਾਈ ਚੈੱਕ ਪੇ ਕੀਤੀ ਆ, ਵੀਜ਼ਾ ਆ ਗਿਆ ਤਾਂ ਤੁਹਾਡੀ ਕੰਸਲਟੈਂਸੀ ਫੀਸ ਜੋ ਤੁਸੀਂ ਰੱਖੀ ਉਹਨੇ ਪੇ ਕਰ ਦੇਣੀ ਆ, ਅਗਰ ਉਹਦਾ ਨਹੀਂ ਆ ਤਾਂ ਉਹਨੇ ਰਿਫੰਡ ਲੈ ਲੈਣਾ। ਦੇਰ ਇਜ਼ ਏ ਨੋ ਕੰਸਪਰੈਂਸੀ ਐਟ ਆਲ, ਦੇਰ ਇਜ਼ ਏ ਨਨ ਆਫ ਦਾ ਲੋਸ ਐਨੀ ਕਾਇੰਡ ਆਫ ਦਾ ਮਨੀ ਇਨਵੋਲਵਡ ਇਨ ਦਿਸ। ਸੋ ਆਪਣੇ ਇਹਦੂ ਹਟ ਕੇ ਜਿਹੜੇ ਕੇਸਿਸ ਆ ਉਹ ਕੀ ਹੁੰਦੇ ਆ ਕਿ ਝੂਠ ਮਾਰ ਕੇ ਵਰਕ ਪਰਮਿਟ ਦੀਆਂ ਕਮਿਟਮੈਂਟ ਕਰ ਲੈਣੀ ਆ? ਬਿਲਕੁਲ, ਮੈਂ ਇੱਥੇ ਇੱਕ ਛੋਟਾ ਜਿਹਾ ਕੁਐਸਚਨ ਵੀ ਤੁਹਾਨੂੰ ਅਰਾਈਜ਼ ਕਰੂੰਗਾ ਕਿ ਕਈ ਤਰ੍ਹਾਂ ਦੇ ਵੀਜ਼ਾ ਕੈਟਾਗਰੀਜ਼ ਨੇ। ਯੈਸ ਯੈਸ, ਤੁਹਾਡੀ ਆਰਗੇਨਾਈਜੇਸ਼ਨ ਕਿਹੜੇ-ਕਿਹੜੇ ਵੀਜ਼ਾਸ ਪ੍ਰੋਵਾਈਡ ਕਰਦੀ? ਦੇਖੋ, ਆਰਗੇਨਾਈਜੇਸ਼ਨ ਸਾਡੀ ਫਸਟ ਡੇ ਐਂਡ ਅੱਜ ਦੇ ਸਮੇਂ ਦੇ ਵਿੱਚ, ਜਿਸ ਸਮੇਂ ਆਪਾਂ ਅੱਜ ਗੱਲ ਕਰਦੇ ਪਏ ਹਾਂ, ਮੰਥ ਆਫ ਜੁਲਾਈ 2024 ਦਾ ਇਹ ਸਮਾਂ ਵਾ। ਇਸ ਸਮੇਂ ਹਰੇਕ ਇਮੀਗ੍ਰੇਸ਼ਨ ਵਾਲਾ ਜੇ ਉਹਦੇ ਤੱਕ ਵੀਡੀਓ ਪਹੁੰਚੀ ਤਾਂ ਉਹਨੂੰ ਵੀ ਪਤਾ ਵਾ ਕਿ ਰਿਸੈਸ਼ਨ ਦਾ ਟਾਈਮ ਹੈ। ਬਿਲਕੁਲ, UK ਨੇ ਆਲਮੋਸਟ ਕਲੋਜ਼ ਕੀਤਾ ਹੋਇਆ ਵਾ, ਨਿਊਜ਼ੀਲੈਂਡ ਓਪਨ ਹੀ ਨਹੀਂ ਹੋਇਆ ਹੈਗਾ, ਆਸਟ੍ਰੇਲੀਆ ਦੇ ਵਿੱਚ ਫੀਸ ਹਾਈਕ ਹੋ ਚੁੱਕੀ ਹੈ, ਮੋਰ ਦੈਨ 1 ਲੱਖ ਹੋ ਚੁੱਕੀ ਆ ਹਾਈ ਕਮਿਸ਼ਨ ਦੀ ਫੀਸ, ਐਂਬੈਸੀ ਫੀਸ। ਯੈਸ, ਐਂਡ ਰੂਲ ਐਂਡ ਰੈਗੂਲੇਸ਼ਨ GST ਤੋਂ ਜਿਹੜਾ ਹੈਗਾ ਵਾ GST ਦੇ ਵਿੱਚ ਆ ਗਈ ਆ। ਇਹ GST ਇੰਡੀਆ ਵਾਲਾ ਨਹੀਂ, ਇਹ GST ਉਹਨਾਂ ਦੀ GTE ਦੇ ਵਿੱਚ ਆ, ਜੋ ਉਹਨਾਂ ਦੀ ਫਾਈਲ ਦੇ ਰਿਕੁਆਇਰਮੈਂਟਸ ਆ। ਐਂਡ ਸਾਰਿਆਂ ਤੋਂ ਈਜ਼ੀ ਜਿਹੜਾ ਸਾਰਿਆਂ ਨੂੰ ਲੱਗਦਾ ਕੈਨੇਡਾ, ਇਸ ਟਾਈਮ ਉਹ ਵੀ ਬਹੁਤ ਜ਼ਿਆਦਾ ਲੋਅ ਗਰਾਊਂਡ 'ਤੇ ਆ ਗਿਆ, ਕਿਉਂਕਿ ਬੈਕਫੁੱਟ 'ਤੇ ਆਉਣ ਦਾ ਕਾਰਨ ਇਹ ਹੈ ਕਿ ਬੱਚੇ ਹੱਦ ਤੋਂ ਵੱਧ ਉੱਥੇ ਚਲੇ ਗਏ। ਔਰ ਇਹ ਜਿਹੜੀ ਘੜੀ ਹੈ ਇਹ ਰਿਸੈਸ਼ਨ ਦੀ ਘੜੀ ਹੈ, ਔਰ ਇਸ ਰਿਸੈਸ਼ਨ ਦੀ ਘੜੀ ਜਿਹੜਾ ਤੁਹਾਡਾ ਸਵਾਲ ਆ ਉਹਦਾ ਜਵਾਬ ਮੈਂ ਇਹ ਦੇਣਾ ਚਾਹੁੰਦਾ ਕਿ ਨਾ ਤਾਂ ਅਸੀਂ ਪਹਿਲੇ ਦਿਨ ਵਰਕ ਪਰਮਿਟ ਸ਼ੁਰੂ ਕੀਤਾ ਸੀ, ਨਾ ਅਸੀਂ ਅੱਜ ਕੀਤਾ। ਬੰਦਾ ਇਹ ਸੋਚਦਾ ਮੈਂ ਤੁਹਾਡੇ ਕੋਲ ਤਾਂ ਇਹ 4 ਕੈਟਾਗਰੀਜ਼ ਕੀਤੀਆਂ, ਕਦੀ ਨਾ ਕਦੀ ਮਜਬੂਰ ਹੋ ਜਾਂਦਾ। ਜਿੱਦਾਂ ਮੈਂ ਦੇਖਦਾ ਪਿਆ ਜਿਹੜੇ ਮੇਰੇ ਨਾਲ ਮੇਰੇ ਤੋਂ ਪਹਿਲਾਂ ਵਾਲੇ ਇਮੀਗ੍ਰੇਸ਼ਨ ਦੇ ਆਫਿਸਰਾਂ ਦੇ ਓਪਨ ਸੀ, ਕੋਈ 10 ਸਾਲ ਦਾ, ਕੋਈ 20 ਸਾਲ ਦਾ, ਉਹਨਾਂ ਦੀਆਂ ਵੀ ਅੱਜ ਮੈਂ ਫੇਸਬੁੱਕ 'ਤੇ ਇੰਸਟਾ 'ਤੇ ਐਡ ਦੇਖਦਾ ਪਿਆ ਵਾਂ। ਉਹਨਾਂ ਨੇ ਐਡ ਚਲਾਉਣੀਆਂ ਸ਼ੁਰੂ ਕਰਤੀਆਂ, ਵਰਕ ਪਰਮਿਟ, ਵਰਕ ਪਰਮਿਟ। ਅਤੇ ਜੇ ਉਹਨਾਂ ਨੂੰ ਸਵਾਲ ਪੁੱਛਾਂਗੇ ਉਹਨਾਂ ਨੇ ਕਹਿਣਾ ਸਰ ਮਜਬੂਰੀ ਹੈ, ਕਰਨਾ ਪੈਂਦਾ। ਬਿਲਕੁਲ, ਅਤੇ ਮੈਂ ਕਹੂੰਗਾ ਕਿ ਵਰਕ ਪਰਮਿਟ ਹੀ ਸ਼ਾਇਦ ਉਹ ਇੱਕ ਕੈਟੇਗਰੀ ਹੈ ਜੋ ਫਰੋਡ ਜਾਂ ਠੱਗੀ ਐਸੋਸੀਏਟ ਕਰਦੀ ਹੈ, ਲੇਕਿਨ ਉਸ ਇੱਕ ਚੀਜ਼ ਕਰਕੇ ਬਾਕੀ ਸਾਰੇ। ਯੈਸ, ਇਹਦਾ ਇਹ ਐਸੀ ਚੀਜ਼ ਆ ਕਿ ਉਹ ਪ੍ਰੋਫੈਸ਼ਨ ਆਪਾਂ ਮੋਟੀਵੇਸ਼ਨਲ ਜਿਹੜੇ ਇਨਫਲੂਐਂਸਰ ਆ ਉਹਨਾਂ ਦੀ ਅਗਰ ਆਪਾਂ ਵੀਡੀਓ ਜਾਂ ਉਹਨਾਂ ਦੇ ਆਪਾਂ ਕਲਿੱਪ ਸੁਣਦੇ ਹਾਂ ਤਾਂ ਇਹ ਇੱਕ ਚੀਜ਼ ਹੁੰਦੀ ਆ ਜਿਹਨੂੰ ਆਪਾਂ ਸੁਣ ਕੇ ਅਣਸੁਣਾ ਕਰਦੇ ਹਾਂ।
ਚਾਹੇ ਉਹ ਬਾਣੀ ਦੇ ਸ਼ਬਦ ਹੋਣ, ਚਾਹੇ ਉਹ ਕਿਸੇ ਵੀ ਗ੍ਰੰਥ ਦੇ ਸ਼ਬਦ ਹੋਣ, ਚਾਹੇ ਉਹ ਕਿਸੇ ਅੱਛੀ ਕਵਿਤਾ ਦੇ ਅੱਛੀ ਬੁੱਕਸ ਦੇ ਵਿੱਚੋਂ ਲਿਖੀਆਂ ਹੋਈਆਂ ਸੋਹਣੀਆਂ ਲਾਈਨਾਂ ਹੋਣ, ਜਦੋਂ ਤੁਸੀਂ ਸੁਣਦੇ ਹੋ ਨਾ, ਉਹ ਕੰਨਾਂ ਨੂੰ ਬਹੁਤ ਸੋਹਣਾ ਲੱਗਦਾ ਸੁਣਦੇ ਹੋਏ, ਮਿਠਾਸ ਆਉਂਦੀ ਆ, ਦਿਮਾਗ ਦੇ ਵਿੱਚ ਉਹ ਗੱਲ ਬੜੀ ਵਧੀਆ ਆਉਂਦੀ ਆ। ਪਰ ਜਦੋਂ ਹੀ ਤੁਸੀਂ ਉਸ ਕਮਰੇ 'ਚੋਂ ਬਾਹਰ ਜਾਂਦੇ ਜਿੱਥੇ ਬਹਿ ਕੇ ਤੁਸੀਂ ਉਹ ਗੱਲ ਸੁਣੀ ਆ, ਉੱਥੋਂ ਤੁਹਾਡਾ ਪ੍ਰੈਕਟੀਕਲ ਲੈਵਲ ਖਤਮ ਹੋ ਜਾਂਦਾ। ਇਸ ਕਰਕੇ ਉਹ ਇਨਫਲੂਐਂਸਰ ਦੀਆਂ ਉਹ ਚੰਗੀਆਂ ਗੱਲਾਂ ਕਿਤੇ ਵੀ ਤੁਹਾਨੂੰ ਮਿਲਦੀਆਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ, ਉਹਨੂੰ ਆਪਦੇ ਉੱਤੇ ਜੇ ਤੁਸੀਂ ਲੈ ਲਉਂਗੇ, ਜੀਵਨ ਤੁਹਾਡਾ ਵੈਸੇ ਹੀ ਵਧੀਆ ਹੋ ਜੂਗਾ। ਬਿਜ਼ਨਸ ਦੇ ਵਿੱਚ ਉਹ ਕਿਤੇ ਨਾ ਕਿਤੇ ਇੱਥੇ ਕੰਮ ਆਉਂਦੀ, ਵੈਸੇ ਤਾਂ ਉਹ ਜ਼ਿੰਦਗੀ ਦੇ ਹਰ ਮੁਕਾਮ 'ਤੇ ਕੰਮ ਆਉਂਦੀਆਂ, ਹਰ ਰਸਤੇ 'ਤੇ ਕੰਮ ਆਉਂਦੀਆਂ, ਪਰ ਇਹਦੇ ਵਿੱਚ ਇਹ ਕੰਮ ਆਉਂਦਾ ਵਾ ਕਿ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਪਿਆਰ, ਜਨੂਨ, ਪੈਸ਼ਨ ਦੇ ਨਾਲ ਕਰਦੇ ਪਏ ਹੋ, ਤੁਸੀਂ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਜੇ ਅਸੀਂ ਸਟੱਡੀ ਵੀਜ਼ਾ ਦੇ ਵਿੱਚ ਹੀ ਆਪਣਾ ਮੁਕਾਮ ਬਣਾਇਆ, ਤਾਂ ਚਾਹੇ ਰਿਸੈਸ਼ਨ ਆ ਜਾਵੇ, ਕੁਛ ਮਰਜ਼ੀ ਆ ਜਾਵੇ, ਅਸੀਂ ਸਟੱਡੀ ਵੀਜ਼ਾ ਹੀ ਕਰਾਂਗੇ, ਅਸੀਂ ਦੂਸਰਾ ਕੋਈ ਵੀ ਕੈਟਾਗਰੀ ਨੂੰ ਨਹੀਂ ਚੱਕਾਂਗੇ, ਜਿਹਦੇ ਨਾਲ ਸਾਡੇ ਚਾਹੁਣ ਵਾਲਿਆਂ ਨੂੰ ਇੱਕ ਮਾਣ ਮਹਿਸੂਸ ਹੋਵੇ ਵੀ ਅਸੀਂ ਜਿਹੜੀ ਔਰਗਨਾਈਜੇਸ਼ਨ ਦੇ ਵਿੱਚ ਅੱਜ 10 ਸਾਲ ਪਹਿਲਾਂ ਗਏ ਸੀ, ਅੱਜ ਅਸੀਂ ਉੱਥੇ ਵੀ ਜਾਵਾਂਗੇ। ਉਹਨਾਂ ਦਾ ਇੱਕੋ ਹੀ ਮੈਮੋਰੈਂਡਮ, ਇੱਕੋ ਹੀ ਏਜੰਡਾ ਵਾ ਕਿ ਅਸੀਂ ਵਰਕ ਪਰਮਿਟ ਨੂੰ ਨਾ ਪ੍ਰਮੋਟ ਕੀਤਾ, ਨਾ ਹੀ ਅਸੀਂ ਕਰਨਾ। ਥੈਂਕ ਯੂ। ਸਟੂਡੈਂਟ ਵੀਜ਼ਾ ਸੀ, ਬੱਚਿਆਂ ਦੇ ਪੇਰੈਂਟ ਜਦੋਂ ਸਾਡੇ ਕੋਲੋਂ, ਜੇ ਕੋਈ ਸਟੂਡੈਂਟ ਗਿਆ ਤਾਂ ਉਹਦੇ ਪੇਰੈਂਟ ਨੇ ਵੀ ਉਹਨੂੰ ਮਿਲਣ ਜਾਣਾ, ਉਹਦੇ ਸਿਬਲਿੰਗਸ ਨੇ ਵੀ, ਬ੍ਰਦਰ ਸਿਸਟਰ ਨੇ ਮਿਲਣ ਜਾਣਾ, ਉਹਨੂੰ ਕੋਈ ਵੀ ਕਰ ਸਕਦਾ, ਦੈਟ ਇਜ਼ ਕਾਲਡ ਵਿਜ਼ਟਰ ਵੀਜ਼ਾ। ਅਤੇ ਜਿਹਦਾ ਸਪਾਊਸ, ਜਿਵੇਂ ਮੈਰਿਡ ਕੋਈ ਕਪਲ ਗਿਆ ਅਤੇ ਮੈਰਿਡ ਦੇ ਵਿੱਚ ਇੱਕ ਮੈਂਬਰ ਗਿਆ, ਦੂਸਰੇ ਨੇ ਜਾਣਾ, ਦੈਟ ਇਜ਼ ਕਾਲਡ ਓਪਨ ਵਰਕ ਪਰਮਿਟ ਫੋਰ ਕੈਨੇਡਾ। ਯੈਸ, ਡਿਪੈਂਡੈਂਟ ਵੀਜ਼ਾ, ਆਸਟ੍ਰੇਲੀਆ ਇਜ਼ ਆਲਸੋ ਸਬ ਕਲੋਸ ਅੰਡਰ ਦਾ 500 ਦਾ ਸਬ ਡਿਪੈਂਡੈਂਟ ਵੀਜ਼ਾ, ਐਸ ਸੇਮ ਦਾ ਨਿਊਜ਼ੀਲੈਂਡ, ਐਸ ਸੇਮ ਦਾ UK। ਇਹੀ ਤਿੰਨ ਕੈਟਾਗਰੀਜ਼ ਜਿਹਦੇ ਵਿੱਚ ਐਪਲੀਕੈਂਟ ਨੂੰ ਇਹ ਪਤਾ ਹੋਵੇ ਕਿ ਮੇਰੀ ਹਾਈ ਕਮਿਸ਼ਨ ਦੀ ਫੀਸ ਕਿੰਨੀ ਹੈ, ਵਿਚ ਇਜ਼ ਅਵੇਲੇਬਲ ਔਨ ਦਾ ਗੂਗਲ, ਐਂਡ ਦਿਸ ਇਜ਼ ਦਾ ਕੰਸਲਟੈਂਸੀ ਫੀਸ, ਦੇਰ ਇਜ਼ ਨੋ ਹਿਡਨ ਚਾਰਜਸ। ਸੋ ਜਿਹੜੇ ਕੰਮ ਦੀ ਰਸੀਦ ਹੈ ਐਕਸਪਰਟ ਉਹੀ ਕੰਮ ਕਰਦਾ, ਬਸ ਵਰਕ ਪਰਮਿਟ ਦੀ ਰਸੀਦ ਨਹੀਂ ਅਸੀਂ। ਤੇ ਮੈਂ ਸੁਣਿਆ ਵੀ ਤੁਸੀਂ GST ਦੀ ਰਸੀਦ ਕੱਟ ਕੇ ਦਿੰਦੇ ਹੋ। GST ਦੀ ਰਸੀਦ ਉਹ ਸਾਡੇ ਬਾਹਰ ਤੁਸੀਂ ਰਿਸੈਪਸ਼ਨ, ਇਸ ਤੋਂ ਵਧੀਆ ਤੁਹਾਨੂੰ ਟਰਸਟ ਕਰਨ ਲਈ ਹੋਰ ਕੀ ਚੀਜ਼ ਚਾਹੀਦੀ ਆ? ਕਿਉਂਕਿ ਜੋ ਤੁਹਾਨੂੰ ਮੂੰਹ ਜ਼ਬਾਨੀ ਕਹਿ ਦਿੰਦੇ ਜੀ 15 ਲੱਖ ਦਾ ਪੈਕੇਜ ਆ, ਤੁਸੀਂ ਮੁੜ ਕੇ ਹਾੜੇ ਕੱਢ ਰਹੇ ਹੁੰਦੇ ਹੋ, ਥਾਣਿਆਂ ਦੇ ਗੇੜੇ ਕੱਢ ਰਹੇ ਹੁੰਦੇ ਹੋ, 4 ਪੰਚਾਇਤੀ ਬੰਦੇ ਪਾ ਰਹੇ ਹੁੰਦੇ ਹੋ ਵੀ ਸਾਡੇ ਪੈਸੇ ਮੜਾ ਦਿਓ, ਕਿੱਥੇ ਤੁਹਾਨੂੰ ਇੱਕ GST ਦੀ ਸਲਿੱਪ ਮਿਲਣੀ ਆ ਕਿ ਤੁਹਾਡੇ ਕੋਲ ਇੰਨਾ ਪੈਸਾ ਆਇਆ, ਇੰਨਾ ਅਸੀਂ GST ਦਿੱਤਾ ਅਤੇ ਇੰਨੇ ਤੁਸੀਂ ਸਾਡੇ ਦੇਣਦਾਰ ਹੋ? ਜੇ ਫਿਰ ਇਹ ਕੁਛ ਕਹਿਣ ਤਾਂ ਫਿਰ ਤੁਸੀਂ ਕੋਈ ਨਹੀਂ ਰਸੀਦ ਲੈ ਕੇ ਪਹੁੰਚ ਜਾਓ, ਕਿਉਂ ਜੀ? ਅੱਛਾ ਲਓ ਜੀ, ਕਿੰਨੇ ਕੁ ਬੱਚਿਆਂ ਦੇ ਸੁਪਨੇ ਪੂਰੇ ਕਰਤੇ? ਅੱਛਾ, ਬਹੁਤ ਔਰਗਨਾਈਜੇਸ਼ਨ ਹੁੰਦੀਆਂ ਨੇ, ਮੈਂ ਦੇਖਦਾ ਕਿ ਸ਼ਹਿਰ ਤੋਂ ਬਾਹਰ ਨਿਕਲੋ ਜੀ, ਬੋਰਡ ਲੱਗੇ ਹੁੰਦੇ ਆ 9 ਬੈਂਡ ਦਵਾ ਤੇ, ਆਪ 5.5 ਬੈਂਡ ਵਾਲੇ ਹੁੰਦੇ ਆ, ਦਵਾ 9 ਬੈਂਡ ਰਹੇ ਹੁੰਦੇ ਆ, 9 ਬੈਂਡ ਰਾਈਟਿੰਗ 'ਚ ਦਵਾ ਤੇ। ਮੈਂ ਕਹਿੰਦਾ ਪਤਾ ਨਹੀਂ ਇਹਨਾਂ ਦੇ ਉੱਪਰ ਕੋਈ ਕੰਟਰੋਲ ਨਹੀਂ ਹੈਗਾ ਜਿਹੜੇ ਕਰ ਸਕਣ, ਗੋਰਾ ਵੀ ਪੇਪਰ ਦੇਣ ਬੈਠੇ ਰਾਈਟਿੰਗ 'ਚ 8.5 ਲੈਂਦੇ ਲੈਂਦੇ ਉਹਦੀ ਜਾਨ ਨਿਕਲਣ 'ਤੇ ਆ ਜਾਂਦੀ ਆ, ਅਤੇ ਇਹਨਾਂ ਨੇ ਪਤਾ ਨਹੀਂ ਕਿਵੇਂ ਸਾਰੀਆਂ ਅਖਬਾਰਾਂ ਹੀ ਭਰੀਆਂ ਹੋਈਆਂ ਨੇ। ਮੈਂ ਕਹੂੰਗਾ ਫਾਲਸ ਕਲੇਮਸ ਨੇ, ਸਰ ਫਾਲਸ ਕਲੇਮ ਨੇ, ਉਹ ਦੱਸਿਓ ਨੰਬਰ ਜਿਹਦਾ ਤੁਸੀਂ ਵਾਕਈ ਰਿਕਾਰਡ ਵੀ ਸ਼ੋਅ ਕਰ ਸਕੋ ਅਤੇ ਉਹਦਾ ਵਿਦ ਪਰੂਫ ਤੁਸੀਂ ਕਹੋਗੇ ਫੈਕਟਫੁਲ ਡੇਟਾ ਹੈ। ਥੈਂਕ ਯੂ ਸੋ ਮਚ, ਤੁਸੀਂ ਇਹ ਵਾਲਾ ਕੁਐਸਚਨ ਆਪਦੇ ਆਪ ਰੇਜ਼ ਕੀਤਾ। ਮੈਂ ਇਹਦੇ ਨਾਲ ਨਾਲ ਵਿਊਅਰ ਸਰ ਦੀ ਮੈਂ ਤਾਰੀਫ ਕਰਨੀ ਚਾਹੁੰਦਾ, ਕੋਈ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਗਾ, ਮੈਂ ਦਿਲ ਤੋਂ ਇਹ ਕੁਐਸਚਨ ਰੇਜ਼ ਹੋਇਆ ਮੈਂ ਤਾਂ ਕਹਿਣਾ ਚਾਹੁੰਦਾ, ਐਸੋਸੀਏਸ਼ਨ ਵੀ ਹੈ ਮੋਗਾ, ਅਤੇ ਮੈਂ ਹੁਣ ਤੱਕ ਜਿੰਨੇ ਕੁ ਲੋਕਾਂ ਨੂੰ ਜਾਣਿਆ ਅਤੇ ਮੇਰੇ ਕੋਲ ਜਿੰਨੇ ਕੁ ਪੇਰੈਂਟ ਨੇ ਆ ਕੇ ਇਹ ਸਵਾਲ ਪੁੱਛਿਆ ਕਿ ਅਸੀਂ ਆਪਣੇ ਬੱਚੇ ਨੂੰ ਕਿੱਥੇ ਪੜ੍ਹਨ ਲਈਏ, ਤਾਂ ਮੇਰਾ ਪਹਿਲਾ ਆਨਸਰ ਇਹ ਹੁੰਦਾ ਵਾ ਕਿ ਸਾਰੀਆਂ ਦੁਕਾਨਾਂ ਨੇ, ਸਾਰੇ ਬਿਜ਼ਨਸ ਨੇ, ਇੱਥੇ ਆਪਦੇ ਆਪ ਪੜ੍ਹਾਉਣ ਵਾਲਾ ਇੱਕ ਵੀ ਐਪਲੀਕੈਂਟ ਨਹੀਂ ਗਾ। ਇਸ ਕਰਕੇ ਮੈਂ ਤੁਹਾਡੀ ਤਾਰੀਫ ਕਰਨੀ ਚਾਹੁੰਦਾ, ਕਿਉਂਕਿ ਇੱਥੇ ਜਿਹੜਾ ਕੰਮ ਅਸਲ ਦੇ ਵਿੱਚ ਕਰਨ ਦਾ ਪਿਆ ਜਾਂ ਕਰਨਾ ਚਾਹੁੰਦਾ ਉਹਦੀ ਕਦਰ ਨਹੀਂ ਹੈਗੀ। ਹੁਣ ਮੈਂ ਤੁਹਾਡੇ
ਸਵਾਲ ਦਾ ਆਨਸਰ ਵੀ ਦੇਣਾ, ਨਾਲ ਨਾਲ ਮੈਂ ਤੁਹਾਨੂੰ ਇਹ ਚੀਜ਼ ਦੱਸਦਾ ਜਿਹੜੇ ਇਹ ਸਕੈਮ ਕਿੱਦਾਂ ਹੈ ਕ੍ਰੀਏਟ ਕਰਦੇ ਆ ਬ੍ਰੇਨ ਦੇ ਉੱਤੇ ਹਿਡ ਆਪਾਂ ਨੂੰ ਜਿਹੜਾ ਪਹਿਲਾਂ ਹਾਈਡ ਕਰਦੇ ਆ, ਫਿਰ ਜਦੋਂ ਨੂੰ ਬੰਦੇ ਨੂੰ ਪਤਾ ਲੱਗਦਾ ਤਾਂ ਉਹ ਬੰਦਾ ਆਪ ਹੀ ਕਮਲਾ ਹੋ ਜਾਂਦਾ। ਇਹਦਾ ਇਹ ਸਿਸਟਮ ਹੈ ਕਿ ਉਹ ਕਿਸੇ ਪੇਰੈਂਟ ਨੇ ਪੁੱਛਿਆ ਤਾਂ ਮੈਂ ਕਿਹਾ ਸਰ ਇਹ ਦੁਕਾਨਾਂ ਜਿੱਥੇ ਮਰਜ਼ੀ ਲਾ ਦਿਉ, ਫਿਰ ਜਿਹੜਾ ਮੇਰਾ ਨੋਨ ਹੁੰਦਾ, ਜਿਹੜਾ ਮੇਰਾ ਕਰੀਬੀ ਹੁੰਦਾ, ਮੈਂ ਉਹ ਤੱਕ ਅਪਰੋਚ ਕਰਦਾ। ਅਤੇ ਤੁਸੀਂ ਹੁਣ ਤੱਕ ਮੈਂ ਜਿੱਥੋਂ ਤੱਕ ਤੁਹਾਨੂੰ ਵੀ ਜਾਣਿਆ ਵਾਂ, ਤੁਸੀਂ ਆਪ ਬੱਚੇ ਦੇ ਉੱਤੇ ਇਕੱਲੀ ਮਿਹਨਤ ਕਰਦੇ ਹੋ ਅਤੇ ਬੱਚੇ ਨੂੰ ਉਹਦੇ ਮੁਕਾਮ ਤੱਕ ਲੈ ਕੇ ਜਾਣ ਤੱਕ ਹਰ ਉਹ ਸਕਸ਼ਮ ਕਲੋਜ਼ ਉਹਦੇ ਕਰ ਦਿਓ। ਇਹ ਸੇਮ ਅਸੀਂ ਆਪਣੀ ਪ੍ਰੋਫਾਈਲ ਦੇ ਵਿੱਚ ਐਕਸਪਰਟ ਕਿੱਦਾਂ ਨੇ, ਕਿਉਂਕਿ ਅਸੀਂ ਫਾਈਲਿੰਗ ਆਪਣੇ ਕਾਊਂਟਰ ਤੋਂ ਨੈਕਸਟ ਕਾਊਂਟਰ 'ਤੇ ਦੇਣੀ ਹੀ ਨਹੀਂ, ਅਸੀਂ ਉਹਦੀ ਐਸ ਓ ਪੀ ਆਪ ਰਿਟਰਨ ਕਰਨੀ ਆ, ਫਾਈਲਿੰਗ ਆਪ ਚੈੱਕ ਕਰਨੀ ਆ, 3 ਉਹਦੇ 'ਤੇ ਫਿਲਟਰ ਲੱਗੇ ਆ, ਪਹਿਲੇ ਮੈਮ ਨੇ ਮਿਲਣਾ, ਉਹ ਕਾਊਂਸਲਿੰਗ ਮੇਰੀ ਆ, ਮੈਮ ਨੇ ਮਿਲ ਕੇ ਉਹਦੀ ਫਾਈਲ ਰੈਡੀ ਕਰਨੀ, ਆਫਰ ਲੈਟਰ ਹੋ ਗਈ, ਫਿਰ ਫੀਸ ਤੋਂ ਬਾਅਦ 'ਚ ਉਹਦਾ ਐਲ ਓ ਏ ਆਉਣਾ, ਰਾਈਟ ਨਾਓ ਪੈਲ ਵੀ ਆਉਂਦਾ ਵਾ, ਉਸ ਤੋਂ ਬਾਅਦ 'ਚ ਦੂਸਰੇ ਮੈਡਮ ਨੇ, ਸਟਾਫ ਮੈਂਬਰ ਨੇ ਉਹਦੀ ਫਾਈਲ ਨੂੰ ਰੈਡੀ ਕੀਤਾ, ਤੀਸਰੇ ਨੇ ਚੈੱਕ ਕੀਤਾ, ਲਾਸਟ 'ਤੇ ਰਮਨ ਸਰ ਨੇ ਉਹਨੂੰ ਲੋਜਮੈਂਟ ਲਈ ਫਿਰ ਚੈੱਕ ਕਰਨਾ। ਜਦੋਂ ਇੰਨੇ ਫਿਲਟਰ 'ਚੋਂ ਚੈੱਕ ਹੋ ਕੇ ਫਾਈਲ ਜਾਊਗੀ ਤਾਂ ਉਹ ਗਲਤੀ ਦੀ ਗੁੰਜਾਇਸ਼ ਹੀ ਨਹੀਂ ਹੋਊਗੀ। ਜਿੱਦਾਂ ਤੁਸੀਂ ਆਹ ਬੋਰਡ ਦੀ ਗੱਲ ਕੀਤੀ ਹੈ, ਇਹ ਸਭ ਇੱਕ ਦੂਜੇ ਨੂੰ ਦੱਸਣ ਦੇ ਲਈ ਹੈ। ਮੈਂ ਅੱਗੇ ਅੱਗੇ ਅਸੀਂ ਮੈਂ ਅਤੇ ਰਮਨ ਸਰ, ਸਾਡਾ ਇੱਕ ਪਹਿਲਾ ਏਜੰਡਾ ਸੀ, ਸਾਡੇ ਅਸੂਲ ਹੈ, ਉਹ ਅਸੀਂ ਸੋਚੇ ਹੋਏ ਆ ਕਿ ਅਸੀਂ ਇਹ ਜ਼ਿੰਦਗੀ ਭਰ ਇਹ ਖਤਮ ਨਹੀਂ ਕਰਨੇ ਗਏ, ਕਿਉਂਕਿ ਅਸੂਲਾਂ ਦੇ ਨਾਲ ਬੰਦਾ ਜਾਣਿਆ ਜਾਂਦਾ। ਜ਼ਿੰਦਗੀ ਦੇ ਵਿੱਚ ਬੰਦਾ ਪੈਸੇ ਨਾਲ ਨਹੀਂ ਵੱਡਾ ਹੁੰਦਾ, ਉਹਦੇ ਵਿਚਾਰਾਂ ਉਹਦੀ ਸੋਚ ਨਾਲ ਵੱਡਾ ਹੁੰਦਾ, ਸੋਚ ਅਤੇ ਵਿਚਾਰ ਕਦੀ ਨਹੀਂ ਖਤਮ ਹੁੰਦੇ। ਤੁਹਾਡੇ ਆਫਿਸ ਦੇ ਵਿੱਚ ਕੋਈ ਗਿਆ ਹੋਏ ਜਾਂ ਮੇਰੇ ਆਫਿਸ ਦੇ ਵਿੱਚ ਅੱਜ ਤੱਕ ਜੇ ਕੋਈ ਕਲਾਇੰਟ ਆਇਆ, ਉਹਨੇ ਮੈਨੂੰ ਕਦੀ ਨਹੀਂ ਕਿਹਾ ਹੈਗਾ ਕਿ ਸਰ ਮੈਂ ਤੁਹਾਡਾ ਬੋਰਡ ਫਲਾਣੇ ਖੇਤਾਂ 'ਚ ਲੱਗਿਆ ਦੇਖਿਆ ਸੀ, ਤੁਹਾਡਾ ਬੋਰਡ ਮੈਂ ਫਲਾਣੇ ਰੋਡ 'ਤੇ ਲੱਗਿਆ ਦੇਖਿਆ ਸੀ, ਪੰਜਾਬ ਹੀ ਲਾਲ ਨੀਲਾ ਹੋਇਆ। ਯੈਸ, ਠੀਕ ਹੈ। ਸੋ ਐਕਚੁਅਲ 'ਚ ਕੀ ਆ ਕਿ ਅਸੀਂ ਐਡਵਰਟੀਜ਼ਮੈਂਟ ਤੋਂ ਇਸੇ ਕਰਕੇ ਦੂਰ ਸੀਗੇ ਕਿ ਜਿਹੜਾ ਸਾਡਾ ਰੈਫਰੈਂਸ ਉਹ ਸਟਰੋਂਗ ਹੋਣਾ ਚਾਹੀਦਾ। ਜਦੋਂ ਤੁਸੀਂ ਆਪਣੇ ਇੱਕ ਕਲਾਇੰਟ ਨੂੰ ਖੁਸ਼ ਕੀਤਾ ਤਾਂ ਉਹਦੇ ਨਾਲ ਉਹਦੇ 100 ਚਾਹੁਣ ਵਾਲੇ ਖੁਸ਼ ਹੋਣਗੇ, ਉਹ ਤੁਹਾਡੇ ਕੋਲ ਆਪੇ ਹੀ ਹੋਣਗੇ, ਉਹ ਉਹਨਾਂ ਦੇ ਵੀਜ਼ੇ ਵੀ ਆ ਗਏ, ਡੈਟ ਇਜ਼ ਫਾਈਨ। ਸਾਡੇ ਕੋਲ ਜੇ ਕਿਸੇ ਦੀ ਰਿਫਿਊਜ਼ਲ ਵੀ ਆ ਜਾਈ, ਉਹ ਗੁੱਸੇ ਹੋ ਕੇ ਨਹੀਂ ਜਾਂਦਾ, ਉਹ ਕਹਿੰਦਾ ਸਰ ਤੁਸੀਂ ਮਿਹਨਤ ਕੀਤੀ ਆ, ਇਹਦਾ ਰਿਜ਼ਲਟ ਸੀ। ਮੇਰੇ ਨਾਲ ਵੀ ਇੱਦਾਂ ਕਈ ਵਾਰੀ ਹੋਇਆ, ਬੱਚੇ ਤਿਆਰੀ ਕਰਨ ਆਏ, 2 ਮਹੀਨੇ ਪੜ੍ਹੇ, 3 ਮਹੀਨੇ ਪੜ੍ਹੇ, ਬੈਂਡ ਜੇ ਅਗਰ ਅੱਧਾ ਜਾਂ ਘੱਟ ਰਿਹਾ ਨਾ, ਜਦੋਂ ਉਹ ਹਮੇਸ਼ਾ ਉਹ ਰਿਗਰੈਟ ਕਰਕੇ ਗਏ, ਸਰ ਸਾਡੀਆਂ ਹੀ ਗਲਤੀਆਂ ਰਹਿ ਗਈਆਂ, ਅਸੀਂ ਵੀ ਕੁਲਚੇ ਖਾਣ ਨਿਕਲ ਗਏ ਅਤੇ ਅਸੀਂ ਉੱਥੇ ਬਹਿ ਗਏ ਅਤੇ ਅਸੀਂ ਆਹ ਕਰ ਲਿਆ, ਬਟ ਸਾਨੂੰ ਇੰਨਾ ਪਤਾ ਕਿ ਤੁਹਾਡੇ ਤੋਂ ਵੱਧ ਮਿਹਨਤ ਖੁਦ ਕਰਨ ਵਾਲਾ ਬੰਦਾ ਸਾਨੂੰ ਨਹੀਂ ਪਤਾ। ਕੱਟ ਸ਼ਾਟ ਰੈਫਰੈਂਸ ਮਾਡਲ ਦੇ ਉੱਪਰ ਜੇ ਮੈਂ ਗੱਲ ਕਰਾਂ, ਅੱਜ ਕਿੰਨਾ ਸਟੂਡੈਂਟ ਹੈ ਜਿਹੜਾ ਮੇਰੇ ਕੋਲੋਂ ਆਪਣੀ ਕੈਨੇਡਾ ਦੇ ਵਿੱਚ ਬੈਠ ਕੇ ਟ੍ਰੇਨਿੰਗ ਲੈ ਰਿਹਾ, ਜਿਹੜੇ ਆਪਣੀ ਸਟੱਡੀ ਚਲੇ ਗਏ, ਹੁਣ ਪੀ ਆਰ ਦੇ ਲਈ ਉਹਨਾਂ ਨੂੰ ਦੁਬਾਰਾ ਤੋਂ 8777 ਦੀ ਰਿਕੁਆਇਰਮੈਂਟ ਹੈ। ਉਹਨਾਂ ਨੂੰ ਦੇਖ ਕੇ ਲੱਗਦਾ ਕਿ ਇਨਸਾਨ ਵਾਕਈ ਹੈਲਪ ਕਰ ਸਕਦਾ, ਬਟ ਇੰਨੀ ਦੂਰੋਂ ਬੈਠ ਕੇ ਕੋਈ ਟਰੱਸਟ ਵੀ ਨਹੀਂ ਜਨਰੇਟ ਕਰ ਸਕਦਾ, ਅਤੇ ਨਾ ਹੀ ਮੇਰੇ ਕੋਲ ਇੰਨੇ ਪੈਸੇ ਕਿ ਮੈਂ ਕੈਨੇਡਾ ਦੇ ਵਿੱਚ ਐਡਵਰਟੀਜ਼ਮੈਂਟ ਕਰ ਸਕਾਂ, ਉੱਥੇ ਬਿੱਲ ਬੋਰਡ ਲਾ ਸਕਾਂ ਟੋਰੋਂਟੋ ਡਾਊਨ ਟਾਊਨ ਦੇ ਵਿੱਚ। ਬਟ ਰੈਫਰੈਂਸ ਮਾਡਲ ਹੀ ਹੈ ਜਿਹੜਾ ਡੇ ਇਨ ਡੇ ਆਊਟ ਮੇਰੇ ਕੋਲ ਐਡਮਿਸ਼ਨਸ ਹੁੰਦੇ ਨੇ। ਐਂਡ ਆਮ ਥੈਂਕਫੁਲ ਟੂ ਆਲ ਦੋ ਸਟੂਡੈਂਟਸ ਜੋ ਕੈਨੇਡਾ ਬੈਠੇ ਨੇ, ਜਿਨ੍ਹਾਂ ਨੇ ਮੈਨੂੰ ਟਰੱਸਟ ਕੀਤਾ ਅਤੇ ਮੇਰਾ ਨਾਮ ਬਾਕੀ ਸਟੂਡੈਂਟਸ ਨੂੰ ਵੀ ਦੱਸਦੇ ਨੇ ਫੋਰ ਦੇਅਰ ਪ੍ਰੈਪਰੇਸ਼ਨ। ਅਤੇ ਆਪਾਂ ਤੁਸੀਂ ਆਪਣੀ ਜਿਹੜੀ ਗੱਲ, ਮੈਂ 2 ਗੱਲਾਂ ਹੀ ਕਹਿਣ ਲੱਗਾ ਸੀਗਾ ਕਿ ਹੁਣ ਤੱਕ ਕਿੰਨੇ ਸਟੂਡੈਂਟ ਭੇਜੇ ਆ। ਮੈਂ ਵਿਊਅਰਸ ਨੂੰ, ਆਪਣੇ ਚਾਹੁਣ ਵਾਲਿਆਂ ਨੂੰ ਮੈਂ ਅੱਗੇ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਯਾਰ ਮੈਂ ਪਤਾ ਨਹੀਂ ਗਾ ਦਿਲ ਦੇ ਵਿੱਚ ਉਹ ਚੀਜ਼ ਨਿਕਲਦੀ ਨੀਗੀ, ਵੈਸੇ ਤਾਂ ਸਾਨੂੰ ਪਤਾ ਵਾ ਜੋ ਦਿਖਦਾ ਹੈ ਉਹ ਵਿਕਦਾ ਹੈ, ਇਹ ਡਾਇਲੋਗ ਆ, ਸਲੋਗਨ ਵੀ ਆ, ਜਿੰਨੀਆਂ ਸੋਹਣੀਆਂ ਲਾਈਟਾਂ ਲਾ ਕੇ ਆਪਾਂ ਦਫ਼ਤਰ ਨੂੰ ਬਣਾਉਂਦੇ ਹਾਂ, ਉਨੇ ਲੋਕਾਂ ਦੇ ਕੋਲੋਂ ਪੈਸੇ ਵੀ ਲੁੱਟੇ ਵਧੀਆ ਜਾਂਦੇ ਆ, ਜਿੰਨਾ ਤੁਸੀਂ ਵੱਧ ਝੂਠ ਮਾਰਕੀਟ ਸਿੱਟ ਸਕਦੇ ਹੋ ਲੋਕ ਖੁਸ਼ ਹੋ ਕੇ ਆਉਂਦੇ ਆ, ਪਰ ਜਾਂਦੇ ਖੁਸ਼ ਹੋ ਕੇ ਨਹੀਂ, ਆ ਜ਼ਰੂਰ ਜਾਣਗੇ। ਮੇਰਾ ਇਹੀ ਮੰਨਣਾ ਵਾ ਕਿ ਝੂਠ ਨਾ ਬੋਲਿਆ ਜਾਵੇ ਤਾਂ ਉਹਦੇ ਵਾਸਤੇ ਨਾ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ, ਸੱਚ ਬੋਲਿਆ ਹੋਊਗਾ ਰਿਲੈਕਸ ਹੋਵੋਗੇ, ਯਾਦ ਰੱਖਣ ਦੀ ਲੋੜ ਨਹੀਂ, ਜੋ ਫੈਕਟ ਆ ਉਹ ਕਲੀਅਰ ਆ।
ਇੱਕ ਐਪਲੀਕੈਂਟ ਜੇ ਮਤਲਬ ਜੇ ਸਾਡੇ ਵਰਗਾ ਕੋਈ ਵੀ ਆਫਿਸ ਵਾਲਾ ਬੰਦਾ ਜੇ ਉਹ ਇੱਕ ਮਹੀਨੇ ਦੇ ਵਿੱਚ 10 ਵੀਜ਼ੇ ਲਵਾ ਲਏ, 10 ਵੀਜ਼ੇ ਜੇ ਉਹ ਲਾਊਗਾ ਤਾਂ ਇਹ ਮੱਚ ਬੈਟਰ ਵਾਲਾ ਸਕੋਰ ਆ ਇੱਕ ਮੰਥ ਦਾ, ਔਰ ਇੱਕ ਸਾਲ ਦੇ ਵਿੱਚ ਉਹਦਾ 120 ਵੀਜ਼ੇ ਹੋ ਗਏ। 120 ਵੀਜ਼ੇ ਦੇ ਨਾਲ ਨਾਲ ਇਹ ਮੈਂ ਕਿਉਂ ਇਹ ਤੁਹਾਨੂੰ ਚੀਜ਼ ਦੱਸੀ ਆ, ਉਹਦੇ ਕੋਲ ਫਾਈਲਿੰਗ ਦਾ ਸਮਾਂ ਵੀ ਚਾਹੀਦਾ, ਹਰ ਉਹ ਚੀਜ਼ ਚਾਹੀਦੀ ਆ। ਇੱਕ ਮਹੀਨੇ ਦੇ ਵਿੱਚ 8 ਤਾਂ ਜਿਹੜੇ ਹੈਗੇ ਆ ਨੋਨ ਵਰਕਿੰਗ ਡੇਜ਼ ਆ, ਜਿਹੜੇ ਸੈਟਰਡੇ ਅਤੇ ਸੰਡੇ, ਜਿਹਦੇ 'ਚ ਰਿਜ਼ਲਟ ਹੀ ਨਹੀਂ ਆਉਣਾ ਗਾ, ਸੋ 22 ਦਿਨ ਰਹਿ ਗਏ। 22 ਦਿਨਾਂ ਦੇ ਵਿੱਚ ਉਹਨੇ ਕਾਊਂਸਲਿੰਗ ਵੀ ਕੀਤੀ, ਫੀਸ ਵੀ ਭਰੀ, ਫਾਈਲਿੰਗ ਵੀ ਕੀਤੀ, ਉਹਦੇ ਰਿਜ਼ਲਟ ਵੀ ਆਏ, 10 ਵੀਜ਼ੇ ਮੱਚ ਬੈਟਰ ਸਕੋਰ ਆ ਜਿਹੜਾ ਕਿ ਕਿਸੇ ਦਾ ਨਹੀਂ ਹੁੰਦਾ ਗਾ। ਤੁਸੀਂ ਸ਼ਰਤ ਲਾ ਲਿਓ, ਇਹ ਸਭ ਜਿੰਨੀਆਂ ਵੀ ਗੱਲਾਂ ਮਾਰਦੇ ਸਭ ਝੂਠ ਆ, ਮੈਂ ਗਰਾਊਂਡ ਲੈਵਲ ਦੀ ਗੱਲ ਕਰਦਾ ਪਿਆ। ਜਿਵੇਂ ਕਹਿ ਦਿੰਦੇ 500 ਸਟੂਡੈਂਟ ਹੈ ਜੀ ਸਾਡੇ ਕੋਲ, ਇਹ ਸਭ ਝੂਠ ਹੈ, ਹੁੰਦੇ 20 ਵੀ ਨਹੀਂ ਹੁੰਦੇ। ਯੈਸ, ਹੁੰਦੇ 20 ਵੀ ਨਹੀਂਗੇ। ਇਹ ਗਰਾਊਂਡ ਲੈਵਲ ਮੈਂ ਤੁਹਾਨੂੰ ਤਾਂ ਦੱਸਿਆ, ਲੌਜਿਕ, ਆਪਾਂ ਲੌਜਿਕ 'ਤੇ ਗੱਲ ਕਰਦੇ ਹਾਂ। ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹ ਗੱਲ ਕਰਦੇ ਹਾਂ ਕਿ ਜੇ ਅਸੀਂ ਪਿਛਲੇ ਸਾਲ ਜ਼ਰੂਰ 1000 ਦਾ ਅੰਕੜਾ ਪਾਰ ਕੀਤਾ, ਉਹ ਇਸ ਕਰਕੇ ਪਾਰ ਕਰ ਲਿਆ, 500 ਤੋਂ 700 ਦੇ ਅੰਕੜੇ ਦੇ ਵਿੱਚ ਬੈਠੇ ਸੀਗੇ, ਜਿੱਦਾਂ ਹੋ ਸਕਦਾ 590 695 ਇਹਦੇ ਵਿੱਚ ਅਸੀਂ ਫਾਈਲ ਨੂੰ ਲੌਜਮੈਂਟ ਕੀਤਾ ਅਤੇ ਰਿਜ਼ਲਟ ਲੈਣਾ ਚਾਹੁੰਦੇ ਸੀ। ਔਰ ਇਹ ਅਸੀਂ ਜੁਲਾਈ ਤੋਂ ਅਗਸਤ ਮਹੀਨੇ ਦੇ ਵਿੱਚ ਮੈਂ ਅਤੇ ਰਮਨ ਸਰ ਨੇ ਬਾਹਰ ਖੜ੍ਹੇ ਹੋ ਕੇ ਆਪਸ 'ਚ ਡਿਸਕਸ਼ਨ ਕੀਤੀ ਸੀ ਕਿ ਅਸੀਂ ਇੱਥੋਂ ਤੱਕ ਪਾਰ ਕਰ ਲਾਂਗੇ, ਅੱਗੇ ਰਿਜ਼ਲਟ ਜੈਨੂਇਨ ਟੇਕ ਹੋਣਗੇ। ਬਟ ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਇੱਕ ਨਿਊਜ਼ ਆਉਂਦੀ ਆ ਜਿਹਦੇ ਵਿੱਚ 1 ਚੋਂ 5, 1 ਚੋਂ 5.5, 2 ਚੋਂ 5.5 ਦੇ ਕੈਟੇਗਰੀ 31 ਅਗਸਤ ਨੂੰ ਆਈ ਸੀਗੀ, 10 ਅਗਸਤ ਨੂੰ ਆਈ ਸੀ ਅਪਡੇਟ, ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਯੂਟਿਊਬ 'ਤੇ ਵੀਡੀਓ। ਸਰ ਉਦੋਂ ਕੀ ਹੋਇਆ ਸੀਗਾ, ਉਸ ਦਿਨ ਵੀਡੀਓ ਦੇ ਉੱਪਰ ਜਦੋਂ ਮੈਂ ਸਭ ਤੋਂ ਪਹਿਲੇ ਲਾਈਵ ਹੋਇਆ, ਡਿਕਲੇਅਰ ਕਰਤਾ ਕੈਨੇਡਾ ਨੇ ਆਹ ਚੀਜ਼, ਬੜੇ ਬੜੇ ਐਕਸਪਰਟ, ਬੜੀਆਂ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਉਸ ਨਿਊਜ਼ ਨੂੰ ਸਟੱਡੀ ਕਰਕੇ ਕਹਿੰਦੇ ਕਿ 6 ਈਚ ਹੈ। ਮੈਂ ਇਕੱਲਾ ਹੀ ਸੀਗਾ ਕਿ ਮੈਂ ਕਿਹਾ ਕਿ ਹੁਣ 6 ਈਚ ਦੀ ਰਿਕੁਆਇਰਮੈਂਟ ਨਹੀਂ ਰਹੇਗੀ, ਕਿਸੇ ਵਿੱਚ ਤੁਹਾਡਾ 5.5 ਵੀ ਚੱਲ ਜੂਗਾ ਜਾਂ 5 ਵੀ ਚੱਲ ਜੂਗਾ। ਬਟ ਬਣਿਆ ਨੇ ਮੇਰੀ ਇੰਗਲਿਸ਼ 'ਤੇ ਹੀ ਸ਼ੱਕ ਕੀਤਾ ਵੀ ਇਹਨੂੰ ਗਿਆਨੀ ਨੂੰ ਇਕੱਲੇ ਨੂੰ ਹੀ ਨਹੀਂ ਸਮਝ ਆਇਆ, ਬਾਕੀ ਦੁਨੀਆਂ ਨੂੰ ਤਾਂ ਸਾਰਿਆਂ ਨੂੰ ਸਮਝ ਆ ਗਿਆ। ਜਿਹਨੂੰ ਦੁਨੀਆਂ ਗੱਲ ਸਮਝੋ ਇਕੱਲਾ ਚਲੇ ਜਾਂਦਾ ਤਾਂ ਬਾਕੀ ਸਾਰੇ ਕੀ ਕਹਿੰਦੇ, ਅਸੀਂ ਇੱਕ ਇਕੱਠੇ ਹੋ ਕੇ ਚੱਲੇ ਹਾਂ, ਇਕੱਠਾ ਹੋ ਕੇ ਝੂਠ ਜਿੰਨਾ ਮਰਜ਼ੀ ਰੌਲਾ ਪਾ ਰਹੇ, ਇਕੱਲੇ ਸੱਚ ਤੋਂ ਜਿੱਤ ਨਹੀਂ ਸਕਦਾ। ਉਹ ਹਿਸਾਬ ਆ ਮੇਰੀ ਵੀ, ਕਿਉਂਕਿ ਆਪਾਂ ਨੂੰ ਇਹ ਹੁੰਦਾ ਅਸੀਂ ਸੋਸ਼ਲ ਮੀਡੀਆ ਉਹਦਾ ਲਿੰਕ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਇਸ ਵੀਡੀਓ ਦਾ, ਤੇ ਵਿਦ ਇਨ 24 ਆਵਰਸ ਉਸ ਤੋਂ ਬਾਅਦ ਸਾਰਿਆਂ ਨੇ ਆਪਣੇ ਪੁਰਾਣੇ ਵੀਡੀਓਸ ਡਿਲੀਟ ਕਰਕੇ ਉਹਨੂੰ ਪੜਨਾ ਸ਼ੁਰੂ ਕਰ। ਇਹ ਹੋਇਆ ਇਹਦੇ ਵਿੱਚ ਨਾ, ਮੈਂ ਨਾਂ ਨਹੀਂ ਲੈ ਸਕਦਾ ਹੈਗਾ ਕਿਉਂਕਿ ਫੇਸਬੁੱਕ ਤੇ ਚੱਲਦੇ ਅਸੀਂ ਵੀ ਬਹੁਤ ਕੁਝ ਕੀਤਾ ਆਪਣੇ ਨਾਲ ਦੇ, ਮੈਂ ਕਿਹਾ WhatsApp ਗਰੁੱਪ ਦੇ ਵਿੱਚ ਵੀ ਡਿਸਕਸ ਹੋਇਆ, ਔਰ ਤੁਸੀਂ ਉਹ ਕਦੀ ਵੀ ਉਸ ਗਰੁੱਪ ਦੇ ਵਿੱਚ ਤੁਸੀਂ ਚੈੱਕ ਕਰ ਲਿਓ, ਮੈਂ ਪਹਿਲੇ ਡੇ ਹੀ ਲਿਖਤਾ ਸੀਗਾ ਕਿ 6 ਓਵਰਆਲ ਹੋ ਗਿਆ। ਉਸ ਤੋਂ ਬਾਅਦ ਜਨਾ ਫੇਸਬੁੱਕ ਤੇ ਪਾਇਆ ਤਾਂ ਨਾਲ ਕਈ ਬੰਦਿਆਂ ਨੇ ਪਾਇਆ ਕਿ ਹੋ ਨਹੀਂ ਸਕਦਾ, ਇਹ ਸਭ ਝੂਠ ਆ, ਇਹ ਐਵੇਂ ਆਰਗੇਨਾਈਜੇਸ਼ਨ ਲਿਖਦੀਆਂ। ਆਪਣਾ ਮਕਸਦ ਇਹ ਹੁੰਦਾ ਵਾ ਵੀ ਕਿਸੇ ਨਾਲ ਬਹਿਸਣਾ ਨਹੀਂਗਾ, ਜਿਸ ਦਿਨ ਰਿਜ਼ਲਟ ਆਉਣ ਲੱਗੇ ਦੇਖਾਂਗੇ। ਪਰ ਫਿਰ ਵੀ ਹੁਣ ਮੈਂ ਇੱਥੇ ਆਪਣੇ ਐਕਸਪਰਟ ਹੋਣ ਦਾ ਦਾਵਾ ਇਸ ਕਰਕੇ ਕਰਦਾ ਵਾਂ ਕਿ ਮੈਂ ਫਿਰ ਵੀ, ਕਹਿੰਦੇ ਹੁੰਦੇ ਆ ਵੀ ਹਨੇਰੇ 'ਚ ਤੀਰ ਨਹੀਂ ਮਾਰਨਾ, ਕਿਉਂਕਿ ਹਨੇਰੇ 'ਚ ਤੀਰ ਆਪਾਂ ਆਪਦੇ ਲਈ ਮਾਰ ਸਕਦੇ, ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਨਹੀਂ ਮਾਰ ਸਕਦੇ। ਉਹ ਸਾਨੂੰ ਪਤਾ ਕਿ ਅਸੀਂ ਕਿਹੜੇ ਕੈਟਾਗਰੀ ਦੇ ਵਿੱਚ ਕਿੱਦਾਂ ਫਾਈਲ ਲੌਜਮੈਂਟ ਕੀਤੀ ਆ। ਦੈਟਸ ਵਾਈ ਵੀ ਆਰ ਸੇਇੰਗ ਆਰ ਸੈਲਫ ਡੈਟ ਵੀ ਆਰ ਐਕਸਪਰਟ। ਸਾਡੀ ਪੂਰੀ ਟੀਮ, ਪੂਰਾ ਪੈਨਲ ਕਾਨਫਰੰਸ ਰੂਮ 'ਚ ਬੈਠਾ, ਰਮਨ ਸਰ ਨੇ ਸਪੈਸ਼ਲ ਸਾਰਿਆਂ ਨਾਲ ਡਿਸਕਸ਼ਨ ਕੀਤੀ, ਔਰ 6 ਈਚ, 5.51 ਮੋਡਿਊਲ, 5.52 ਮੋਡਿਊਲ, 1 ਮੋਡਿਊਲ, 5-1 ਮੋਡਿਊਲ, 4.5, ਅਸੀਂ ਇਹਨਾਂ ਸਾਰੇ ਕੈਟਾਗਰੀਜ਼ PT 60, 61, 62, 59, ਅਸੀਂ ਇਹਨਾਂ ਸਾਰੇ ਕੈਟਾਗਰੀਜ਼ ਫਾਈਲ ਲਈ, SDS ਵਿਦ ਨੋਨ SDS। ਸਿਰਫ 59 ਵਾਲੇ ਬੱਚੇ ਦੀ ਰਿਫਿਊਜ਼ਲ ਆਈ, 1 ਚੋਂ 4.5 ਵਾਲਾ ਵੀਜ਼ਾ ਅਸੀਂ ਲੈ ਲਿਆ, 1 ਚੋਂ 5 ਵਾਲਾ ਵੀਜ਼ਾ ਤਾਂ ਅਸੀਂ ਪਿਛਲੇ ਹਫ਼ਤੇ ਲਿੱਤਾ ਹਜੇ BCIT ਦੇ ਵਿੱਚ, ਰਾਈਟ ਨਾਓ ਦੀ ਸਿਚੁਏਸ਼ਨ 'ਚ ਦਿਖਾ ਦਿਆਂਗੇ ਜੀ ਤੁਹਾਨੂੰ। ਯੈਸ ਰਾਈਟ ਨਾਓ ਦੀ ਸਿਚੁਏਸ਼ਨ 'ਚ, ਕੱਲ੍ਹ ਪਰਸੋਂ ਲਿੱਤਾ। ਉਸ ਤੋਂ ਬਾਅਦ ਦੇ ਵਿੱਚ ਮੈਂ ਇਹ ਗੱਲ ਇਹ ਕਰਨ ਲੱਗਾ ਸੀਗਾ ਕਿ ਉਹ 1000 ਦਾ ਅੰਕੜਾ ਅਸੀਂ ਤਾਂ ਪਾਰ ਕਰ ਪਾਏ, ਉਹਦਾ ਕ੍ਰੈਡਿਟ ਸਾਨੂੰ ਨਹੀਂ,
ਕਿਉਂਕਿ ਮੈਂ ਅੱਗੇ ਵੀ ਕਹਿੰਦਾ ਹੁੰਦਾ ਵਾਂ ਹਿੰਮਤ ਏ ਮਰਦ ਆ ਮਦਦ ਏ ਖੁਦਾ, ਕਿਉਂਕਿ ਬੰਦਾ ਜੇ ਹਿੰਮਤ ਕਰੂਗਾ ਪਰਮਾਤਮਾ ਵੀ ਉਹਦੀ ਹੈਲਪ ਫੀਲ ਕਰਦਾ, ਸੁੱਤੇ ਪਿਆਂ ਨੂੰ ਕੋਈ ਨਹੀਂ ਰੋਟੀ ਦੇਣਾ ਆਊਗਾ। ਜਦੋਂ ਇਹ ਨਿਊਜ਼ ਪਹੁੰਚੀ ਕਿ ਐਸ ਡੀ ਐਸ ਵਾਲੀ ਕੈਟਾਗਰੀ ਹੋ ਗਈ, ਅਸੀਂ ਉਸ ਕੈਟਾਗਰੀ ਨੂੰ ਸਫਲ ਕਰ ਲਿਆ ਤਾਂ ਵੀਜ਼ੇ ਆ ਗਏ ਤਾਂ ਰਸ਼ ਹੋਰ ਵੱਧ ਗਿਆ। 500 ਤੋਂ ਕ੍ਰੋਸ ਪਹਿਲਾਂ ਹੀ ਕਰ ਚੁੱਕੇ ਸੀਗੇ, 200-250 ਤੱਕ ਹੋਰ ਕ੍ਰੋਸ ਕੀਤਾ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਆਈ ਸੀ, ਜਿਹੜਾ ਕਿ ਨਵੰਬਰ ਮੰਥ ਦੇ ਵਿੱਚ ਲਾਸਟ ਦੇ ਅਪਡੇਸ਼ਨ ਹੋਈ, 31 ਦਸੰਬਰ ਲਾਸਟ ਡੇਟ ਕਰਤੀ, ਤਾਂ ਉਹਦੇ ਵਿੱਚ ਸਾਡੇ ਕੋਲ ਆ ਕੇ ਰਸ਼ ਹੀ ਰਸ਼ ਪੈ ਗਿਆ। ਔਰ ਇਹਦੇ ਵਿੱਚ ਪੈਕੇਜ ਅਸੀਂ ਵੀ ਕਰਦੇ ਹਾਂ, ਮੈਂ ਇਹ ਨਹੀਂ ਕੋਈ ਬੱਚੇ ਸੁਣ ਲੈਣਗੇ ਉਹ ਕਹਿਣਗੇ ਸਰ ਤਾਂ ਪੈਕੇਜ ਇਹ ਵੀ ਕਰਦੇ ਨੇ। ਸਾਡਾ ਪੈਕੇਜ ਕੀ ਹੁੰਦਾ ਵਾ, ਗਲੋਬ ਪਿਆ ਵਾ ਕੈਨੇਡਾ ਦੇ ਮੈਪ ਦੇ ਵਿੱਚ, ਬੱਚੇ ਨੂੰ ਕਹਿ ਦੇ ਜਿਹੜੇ ਕਾਲਜ ਰੱਖਦੇ ਪਬਲਿਕ ਉਸੇ ਕਾਲਜ ਦੀ ਤਰ੍ਹਾਂ ਪੈਕੇਜ ਆ, ਪ੍ਰਾਈਵੇਟ 'ਚ ਨਹੀਂ ਗਾ ਪਬਲਿਕ 'ਚ। ਸੋ ਅਸੀਂ ਉਸ ਆਂਕੜੇ ਨੂੰ 2024 ਦੇ ਮਾਰਚ ਤੱਕ ਕਲੀਅਰ ਕਰ ਪਾਏ 1000+ ਨੂੰ, ਕਿਉਂਕਿ ਉਹਦੇ ਵਿੱਚ ਜਿਹੜੀਆਂ ਅਸੀਂ ਫਾਈਲਾਂ ਲਾਂਚ ਕੀਤੀਆਂ ਸੀਗੀਆਂ ਵਿਦ ਦੀ ਗ੍ਰੇਸ ਆਫ ਗੋਡ। ਇੱਕ ਫਾਈਲ ਦਾ ਰਿਜ਼ਲਟ ਸਟਿਲ ਪੈਂਡਿੰਗ ਆ, ਇੱਕ ਫਾਈਲ ਦਾ, ਉਹਨੂੰ ਕੱਢ ਕੇ ਵੀ 1000+ ਅਸੀਂ ਵੀਜ਼ਾ 23 'ਚ ਲਿੱਤਾ। ਆਊਗਾ 24 ਦੇ ਵਿੱਚ, ਇਹ ਆਂਕੜਾ 500 ਤੱਕ ਸੀਗਾ, ਸੋਰੀ 22 'ਚ। ਮੈਂ ਇਸ ਚੀਜ਼ ਨੂੰ ਵੈਸੇ ਪਤਾ ਕਾਹਦੇ ਨਾਲ ਰਿਲੇਟ ਕਰਦਾ, ਵੀ ਸਰਕਾਰ ਨੇ ਕਿਹਾ ਹੋਵੇ ਵੀ ਜੇ ਤੁਹਾਡੇ ਕੋਲ ਪੁਰਾਣਾ 500 ਜਾਂ 1000 ਦਾ ਨੋਟ ਪਿਆ ਉਹ ਵੀ ਚੱਲ ਜਾਏਗਾ। ਨੋਟਿਸ ਕਰਕੇ ਦੇਖਿਆ ਕਿੰਨੇ ਬੱਚੇ ਨੇ ਵਿਚਾਰੇ ਆਇਲਸ ਦਾ ਐਗਜ਼ਾਮ ਦੇਣ ਜਾਂਦੇ ਨੇ, ਨਾਲ ਆਪਣੇ ਗੋਲਡ ਕੋਸਟ ਆ, ਜਦੋਂ ਸਰਟੀਫਿਕੇਟ ਆਉਂਦਾ ਦੇਖਦੇ 5:30-1 ਚੋਂ ਰਹਿ ਗਏ, 5:30-1 ਚੋਂ ਰਹਿ ਗਏ, ਚਲੋ ਫਿਰ ਪੇਪਰ ਦੇਣ ਜਾਓ, ਫਿਰ ਗੇੜਾ ਕੱਢ ਕੇ ਚਲੋ ਫਿਰ। ਮੈਂ ਤਾਂ ਕਹੂੰਗਾ ਇਸ ਔਰਗਨਾਈਜੇਸ਼ਨ ਨੇ ਪਤਾ ਕਿੰਨੀ ਪੈਸੇ ਬਣਾਏ ਆ, ਉਹ ਚਲੋ ਆਪਾਂ ਉਸ ਗੱਲ 'ਤੇ ਨਹੀਂ ਜਾਂਦੇ ਕਿ ਸਟੂਡੈਂਟ ਦਾ ਕੈਲੀਬਰ ਜਾਂ ਜੋ ਵੀ ਆ, ਬਟ ਇੱਕ ਇੱਕ ਸਟੂਡੈਂਟ ਕੋਲ ਮੈਂ ਕਹੂੰਗਾ 3-3, 4-4 ਸਰਟੀਫਿਕੇਟ ਸੀ ਜਿਹਦੇ ਵਿੱਚ ਓਵਰਆਲ 6 ਲਿਖਿਆ ਰਹਿੰਦਾ ਸੀਗਾ, ਬਟ ਕਿਸੇ ਨਾ ਕਿਸੇ 'ਚੋਂ ਘੱਟ ਸੀਗੇ। ਸੋ ਮਤਲਬ ਉਹਦਾ ਬੈਠੇ ਬਿਠਾਏ ਉਹ ਸਰਟੀਫਿਕੇਟ ਆ ਐਪਲੀਕੇਬਲ ਹੋ ਗਿਆ, ਵੈਲਿਡ ਹੋ ਗਿਆ, ਅਤੇ ਉਹ 1 ਮਿੰਟ ਤੋਂ ਪਹਿਲਾਂ ਤੁਹਾਡੇ ਆਫਿਸ 'ਚ ਆ ਕੇ ਫਾਈਲ ਲਾਉਣ ਆ ਗਿਆ। ਇਹ ਪੋਸੀਬਿਲਿਟੀ ਗੌਰਮੈਂਟ ਨੇ ਉੱਧਰਲੀ ਨੇ ਕੈਨੇਡਾ ਸਰਕਾਰ ਨੇ ਬੱਚਿਆਂ ਨੂੰ ਦਿੱਤੀ ਹੈ, ਜਿਹੜਾ ਅੱਜ ਦਾ ਰਿਸੈਸ਼ਨ ਦੇ ਉੱਤੇ ਇਫੈਕਟ ਪਿਆ ਉਹ ਦੁਨੀਆਂ ਨੂੰ ਇਫੈਕਟ ਲੱਗਦਾ ਪਿਆ, ਜਦਕਿ ਇੱਦਾਂ ਦਾ ਕੋਈ ਹੈ ਨਹੀਂ ਗਾ। ਉਹਦਾ ਕਾਰਨ ਕੀ ਹੈ, ਲੈਟ ਸੁਪੋਜ਼ ਇਹ ਨਿਊਜ਼ ਨਾ ਆਉਂਦੀ ਐਸ ਡੀ ਐਸ ਕੈਟਾਗਰੀ ਵਾਲੀ, 1-5, 2-5, 1-5 ਵਾਲੀ, ਤਾਂ ਜਿਹੜੇ ਬੱਚਿਆਂ ਦੇ ਵੀਜ਼ਾ ਆ ਚੁੱਕੇ ਆ ਉਹ ਚਲੇ ਗਏ, ਉਹ ਬੱਚੇ ਇੰਡੀਆ 'ਚ ਹੀ ਰਹਿਣੇ ਸੀ ਨਾ, ਤਾਂ ਉਹਨਾਂ ਨੇ ਤੁਹਾਡੇ ਕੋਲ ਆਇਲਸ ਕਰੀ ਜਾਣੇ ਸੀਗੇ ਅਤੇ ਦੁਬਾਰਾ ਫਾਈਲਾਂ ਲਾਈ ਜਾਣੇ ਸੀ। ਇਹ ਇੱਕ ਤਰ੍ਹਾਂ ਦਾ ਕਰਾਊਡ ਕੰਟਰੋਲ ਬੋਲਦੇ ਹਾਂ ਆਪਾਂ ਇਹਨੂੰ, ਜਿਵੇਂ ਹੁਣ ਗੁਰਦੁਆਰਾ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ, ਸਾਰੀ ਦੁਨੀਆ ਹੀ ਕਹੂਗੀ ਮੈਂ ਮੱਥਾ ਟੇਕ ਲਾਂ, ਬਟ ਉੱਥੇ ਉਹ ਫੜ ਕੇ ਲਾ ਦਿੰਦੇ ਆ, ਇੰਗਲਿਸ਼ ਆਪਾਂ ਨੂੰ ਬੂਮ ਗੇਟ ਬੋਲ ਦਿੰਦੇ ਹਾਂ, ਹੈ ਨਾ, ਉਹ ਡੰਡਾ ਲਾਉਣ ਦਾ ਮਕਸਦ ਹੀ ਕੀ ਹੈ, ਤਾਂ ਕਿ ਅਗਲਾ ਫਲੋ ਜਿਵੇਂ ਹੀ ਸਮੂਥ ਹੋ ਗਿਆ ਆਪਾਂ ਫੱਟਾ ਫਿਰ ਖੋਲ ਦਿਆਂਗੇ। ਪਰ ਉਹ ਗਲਤੀ ਨਾਲ ਉਹਦੇ ਨੂੰ ਫੱਟਿਆਂ ਵਾਲੇ ਆਏ ਨਹੀਂ ਅਤੇ ਸਾਰਾ ਰਾਜ ਮਾਰ ਗਿਆ, ਉਹ ਸਾਰੇ ਜਦੋਂ ਗਏ ਚਲੇ ਆਪਣੇ। ਹੁਣ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਆਦਾ ਬੱਚੇ ਉਹ ਰਹੇ ਨਹੀਂ ਜਿਨ੍ਹਾਂ ਨੇ ਆਇਲਸ ਕਰਨਾ ਸੀ, ਜਿਹੜੇ 12th ਵਾਲੇ ਬੱਚੇ ਨੇ ਹੁਣ ਪਹੁੰਚੇ ਆ, ਅਤੇ ਕਿਸੇ ਨਾ ਕਿਸੇ ਲੋਕਾਂ ਦੇ ਮਨ 'ਚ ਇਹ ਵੀ ਵਹਿਮ ਪਿਆ ਹੋਇਆ ਨੈਗੇਟਿਵਿਟੀ ਆਈ ਵੀ ਆ, ਬਾਹਰ ਕੰਮ ਨਹੀਂ ਹੈਗਾ ਗਾ, ਇੱਦਾਂ ਦਾ ਕੋਈ ਚੱਕਰ ਨਹੀਂ, ਕੰਮ ਪੂਰਾ ਵਧੀਆ ਵਾ, ਸਾਰੇ ਬੱਚੇ ਉੱਥੇ ਦੱਬ ਕੇ ਕੰਮ ਕਰਦੇ, ਮਿਹਨਤ ਕਰਦੇ ਆ, ਅੱਗੇ ਆ ਜਿਹੜਾ ਰਿਸੈਸ਼ਨ ਆ ਸਾਰਾ ਖਤਮ ਹੋ ਰਿਹਾ। ਸਰਕਾਰ ਨੇ, ਉੱਥੋਂ ਦੀ ਸਰਕਾਰ ਨੇ ਉੱਥੋਂ ਦੇ ਲੋਕਾਂ ਵਾਸਤੇ ਵੀ ਤਾਂ ਕੁਛ ਕਦਮ ਲੈਣੇ ਆ ਵਧੀਆ। ਨਾਲੇ ਇੱਕ ਚੀਜ਼ ਹੁੰਦੀ ਹੈ, ਹਰ ਚੀਜ਼ ਦੇ ਵਿੱਚ ਟਾਈਮ ਅਪ ਐਂਡ ਡਾਊਨਸ ਵਾਲੇ ਆਉਂਦੇ ਆ, ਉਹ ਜਦੋਂ ਬਾਹਲੇ ਆਪਾਂ ਜਿਵੇਂ ਕਹਿੰਦੇ ਨਾ ਪੰਜਾਬੀ 'ਚ ਬੁੱਲੇ ਲੁੱਟੇ ਹੁੰਦੇ ਆ, ਫਿਰ ਜਦੋਂ ਆਪਾਂ ਅਸੀਂ ਉਹਦੇ ਨਾਲ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਨਾ, ਫਿਰ ਆਪਾਂ ਨੂੰ ਜ਼ਿਆਦਾ ਨੈਗੇਟਿਵਿਟੀ ਲੱਗਦੀ ਆ। ਇਹੀ ਆਪਾਂ ਜੇ ਡਾਊਨ ਜਿਹੜੇ ਥੱਲੇ ਬੈਠੇ ਆ, ਜਿਨ੍ਹਾਂ ਨੂੰ 2 ਸਮੇਂ ਰੋਟੀ ਨਹੀਂ ਜੁੜਦੀ ਜਾਂ ਜਿਨ੍ਹਾਂ ਦਾ ਵੈਸੇ ਬੁਰਾ ਹਾਲ ਆ, ਉਹਦੇ ਨਾਲ ਕੰਪੇਅਰ ਕਰਕੇ ਦੇਖੋਗੇ ਤੁਸੀਂ ਆਪਣੇ ਆਪ ਨੂੰ ਵਧੀਆ ਹੀ ਪਾਓਗੇ। ਤੁਹਾਨੂੰ ਲੱਗ ਰਿਹਾ ਹੋਊਗਾ ਗੱਲਾਂ ਜ਼ਿਆਦਾ ਕਰੀ ਜਾਂਦੇ ਨੇ ਅਤੇ ਜਿਹੜੀ ਅਪਡੇਟ ਦੇਣੀ ਉਹ ਦਿੰਦੇ ਨਹੀਂ। ਲੈਣੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਤੁਹਾਨੂੰ ਦਿਖਾਉਂਦੇ ਹਾਂ ਇਸ ਔਰਗਨਾਈਜੇਸ਼ਨ ਦੀ ਬਿਲਡਿੰਗ ਜਾਂ ਕਿੱਦਾਂ ਇਹ ਸਾਰਾ ਵਰਕ ਇੱਥੇ ਚੱਲਦਾ, ਅਤੇ ਉਸ ਤੋਂ ਬਾਅਦ ਅੱਜ ਦੀ ਇੰਪੋਰਟੈਂਟ
ਜੇ ਤੁਸੀਂ ਐਕਸਪਰਟ ਤੇ ਇਹ ਆਉਣਾ ਮੇਰੇ ਹਿਸਾਬ ਨਾਲ ਬਹੁਤ ਹੀ ਆਸਾਨ ਹੈ ਉੱਥੇ ਬਿਲਕੁਲ ਮੋਗਾ ਲੁਧਿਆਣਾ ਹਾਈਵੇ ਦੇ ਉੱਪਰ ਇੱਥੇ ਕਾਫੀ ਮਸ਼ਹੂਰ ਰੈਸਟੋਰੈਂਟ ਵੀ ਹੈ ਬਿਗ ਬੈਨ ਤੇ ਤੁਸੀਂ ਇੱਥੇ ਆ ਜਾਂਦੇ ਹੋ ਬਾਕੀ ਤੁਸੀਂ ਫਾਈਲ ਵਗੈਰਾ ਲਈ ਮਿਲੋ ਬਿਗ ਬੈਨ ਦਾ ਮੈਨਿਊ ਵੀ ਇੱਥੇ ਹੀ ਰਹਿੰਦਾ ਜੇ ਕੁਛ ਖਾਣਾ ਹੋਇਆ ਤੇ ਸਰ ਤੁਹਾਨੂੰ ਉੱਥੇ ਬੈਠੇ ਹੀ ਪਾ ਦੇਣਗੇ ਅੱਛਾ ਇੱਕ ਹੈਰਾਨੀ ਵਾਲੀ ਗੱਲ ਆ ਕਿ ਜਦੋਂ ਅਸੀਂ ਆਏ ਤੇ ਮੈਂ ਫਸਟ ਟਾਈਮ ਹੀ ਤੁਹਾਡੇ ਸਾਹਮਣੇ ਕਿ ਮੈਂ ਕਿਸੇ ਨਾਲ ਤੁਹਾਨੂੰ ਇੰਟਰੋਡਿਊਸ ਕਰਵਾ ਰਿਹਾ ਤੇ ਅਸੀਂ ਸੋਚਿਆ ਕਿ ਇੱਕ ਪਹਿਲਾਂ ਆਪਣੇ ਬੁਲੇਟ ਪੁਆਇੰਟਸ ਆਪਾਂ ਨੋਟ ਕਰ ਲੈਂਦੇ ਹਾਂ ਪਰ ਮੈਂ ਇਹਨਾਂ ਨੂੰ ਆਪਣੇ ਬਾਰੇ ਦੱਸਿਆ ਕਿ ਸਰ ਮੈਂ ਬੜਾ ਸਪੌਂਟੇਨੀਅਸ ਹਾਂ ਮੈਂ ਅੱਜ ਤੱਕ ਕਿੰਨੇ ਬੱਚਿਆਂ ਲਈ ਵੀਡੀਓਜ਼ ਬਣਾਏ ਹੋਣਗੇ ਸ਼ਾਇਦ 3000 ਪਲੱਸ ਵੀਡੀਓਜ਼ ਨੇ ਯੂਟਿਊਬ ਦੇ ਉੱਪਰ ਵੀ ਮੈਂ ਕੋਈ ਹੀ ਕੋਈ ਵੀਡੀਓ ਹੋਊਗੀ ਪਤਾ ਨਹੀਂ ਨਹੀਂ ਹੋਏਗੀ ਕਿ ਮੈਂ ਪਹਿਲਾਂ ਕੋਈ ਪ੍ਰੈਪਰੇਸ਼ਨ ਕੀਤੀ ਹੋਵੇ ਤਿਆਰੀ ਦੇ ਨਾਲ ਬੈਠਾ ਹੋਵਾਂ ਤੇ ਸਰ ਕਹਿੰਦੇ ਇਸ ਗੱਲ 'ਤੇ ਤਾਂ ਤੁਹਾਡੀ ਨੇਚਰ ਮੇਰੇ ਨਾਲ ਕਾਫੀ ਮਿਲਦੀ ਹੈ ਕਿਉਂਕਿ ਮੈਂ ਵੀ ਕਦੇ ਪਹਿਲਾਂ ਗੱਲ ਕਦੇ ਸੋਚੀ ਨਹੀਂ ਮੈਂ ਜੋ ਬੋਲਦਾ ਵੈਸੇ ਹੀ ਬੋਲ ਦਿੰਦਾ ਸੋ ਇਹ ਹੈ ਸਾਡਾ ਅੱਜ ਦਾ ਪਲਾਨ ਤੁਸੀਂ ਬੜੀ ਗੌਰ ਨਾਲ ਦੇਖ ਸਕਦੇ ਹੋ ਕਿ ਅਸੀਂ ਪਲਾਨ ਆਊਟ ਕੀ ਕੀਤਾ ਵੀ ਕਿਹੜੀਆਂ ਕਿਹੜੀਆਂ ਗੱਲਾਂ ਕਰਨੀਆਂ ਨੇ ਅਤੇ ਕਿਹੜੇ ਸੱਚ ਅਤੇ ਕਿਹੜੇ ਝੂਠ ਬੋਲਣੇ ਨੇ ਸੋ ਪੂਰਾ ਕਾਗਜ਼ ਆ ਚਲੋ ਅੱਜ ਅੱਜ ਦੀ ਮੇਨ ਦੀ ਗੱਲ 'ਤੇ ਜਿਹਦੇ ਵਿੱਚ ਤੁਸੀਂ ਦੱਸਿਆ ਕਿ ਕੈਨੇਡਾ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਆ ਗਿਆ ਸਟੂਡੈਂਟਸ ਲਈ ਹੋਰ ਪਹਿਲਾਂ ਹੀ ਉਹਨੇ ਕਾਫੀ ਬੱਚਿਆਂ ਦੇ ਲਾਸਾਂ ਪਾਈਆਂ ਹੋਈਆਂ ਨੇ ਹੁਣ ਨਵੀਂ ਚੀਜ਼ ਕੀ ਹੈ ਉਹ ਥੋੜ੍ਹਾ ਜਿਹਾ ਉਹਨੂੰ ਮਰਮ ਲਾਏਗੀ ਜਾਂ ਕੋਈ ਹੋਰ ਟੈਨਸ਼ਨ ਦੇਣ ਵਾਲੀ ਹੈ ਨਹੀਂ ਇਹ ਨਾ ਆਪਾਂ ਨੂੰ ਸਮਝਣਾ ਪਊਗਾ ਕੋਈ ਵੀ ਚੀਜ਼ ਜ਼ਿੰਦਗੀ ਦੇ ਵਿੱਚ ਚੰਗੀ ਮਾੜੀ ਨਹੀਂ ਹੁੰਦੀ ਡਿਪੈਂਡ ਕਰਦਾ ਆਪਣਾ ਨਜ਼ਰੀਆ ਕੀ ਹੈ ਠੀਕ ਹੈ ਨਜ਼ਰੀਏ ਦੇ ਨਾਲ ਮੈਂ ਦੱਸਣਾ ਚਾਹੂੰਗਾ ਕਿ ਸਾਰਿਆਂ ਤੋਂ ਪਹਿਲਾਂ ਅੱਜ ਫਿਰ ਇਸ ਤੋਂ ਜਿਹੜੇ ਪਿਛਲੇ 10 ਦਿਨਾਂ ਦੇ ਵਿੱਚ ਰੂਲ ਚੇਂਜ ਹੋਏ ਸਾਰੇ ਆਪਾਂ ਅੱਜ ਸਰ ਤੁਹਾਡੀ ਵੀਡੀਓ ਤੁਸੀਂ ਬਾਅਦ 'ਚੋਂ ਬੱਚਿਆਂ ਨੂੰ ਲੈਬੋਰੇਟ ਵੀ ਕਰਿਓ ਲੇਟੈਸਟ ਅਪਡੇਟ ਇਹ ਹੈ ਕਿ ਉਹ ਐਪਲੀਕੈਂਟ ਜਿਹੜੇ ਵੀਜ਼ਾਸ ਲੈ ਕੇ ਜਾਂਦੇ ਸੀਗੇ ਚਾਹੇ ਉਹ ਪ੍ਰਾਈਵੇਟ ਹੁੰਦਾ ਸੀ ਚਾਹੇ ਉਹ ਸਰਕਾਰੀ ਹੁੰਦਾ ਸੀ ਯਾਨੀ ਪਬਲਿਕ ਕਾਲਜ ਕਹਿੰਦੇ ਆ ਉਹ ਕਾਲਜ ਤੋਂ ਬਾਅਦ ਜਾ ਕੇ ਉਹ ਆਪਣੇ ਕਿਸੇ ਰਿਲੇਟਿਵ ਕੋਲ ਰਹਿਣਾ ਚਾਹੁੰਦਾ ਮੀਨਸ ਉਹਨੇ ਕਾਲਜ ਚੇਂਜ ਕਰਨਾ ਅੱਜ ਦੀ ਅਪਡੇਟ ਦਾ ਮਕਸਦ ਇਹ ਆ ਕਿ ਉਹ ਕਾਲਜ ਚੇਂਜ ਨਹੀਂ ਕਰ ਸਕਦਾ ਕੈਨੇਡਾ ਪਹੁੰਚਣ ਤੋਂ ਬਾਅਦ ਦੇ ਵਿੱਚ ਇਸ ਤੋਂ ਪਿਛਲੀ ਅਪਡੇਟ ਸੀਗੀ ਕਿ ਉਹਨੂੰ PL ਜੋ ਹੈ ਪੈਲ ਪ੍ਰੋਵਿੰਸ਼ਨਲ ਅਟੈਸਟੇਸ਼ਨ ਲੈਟਰ ਨਹੀਂ ਚਾਹੀਦਾ ਹੁਣ ਉਹਨੂੰ ਉਹ ਤਾਂ ਨਹੀਂ ਚਾਹੀਦਾ ਪਰ ਗੌਰਮੈਂਟ ਨੇ ਉਹਦਾ ਰੱਟਾ ਸਾਈਡ 'ਤੇ ਕੱਢ ਕੇ ਸਿੱਧਾ ਹੀ ਕਹਿ ਦਿੱਤਾ ਕਿ ਇਹ ਐਪਲੀਕੈਂਟ ਨੂੰ ਦੁਬਾਰਾ ਨਿਊ LOA ਨਿਊ ਆਫਰ ਲੈਟਰ ਲੈ ਕੇ ਉਹਦੀ ਫੀਸ ਭਰ ਕੇ ਦੁਬਾਰਾ ਸਟੱਡੀ ਪਰਮਿਟ ਅਪਲਾਈ ਕਰਨਾ ਪਊਗਾ ਉਨੀ ਦੇਰ ਤੱਕ ਉਹਦੇ 'ਚ ਹੀ ਐਨਰੋਲ ਰਹੂਗਾ ਜੇ ਰਹਿ ਕੇ ਦੁਬਾਰਾ ਫਾਈਲ ਲੱਗੇਗੀ ਸੋ ਇਸ ਕਰਕੇ ਨਿਊ ਅਪਡੇਟ ਹੈ ਅੱਜ ਦੀ ਡੇਟ ਦੇ ਵਿੱਚ ਅੱਜ ਡੇਟ ਜਿਹੜੀ ਹੈਗੀ ਹੈ ਆਈ ਥਿੰਕ 9 July 7 9 July ਸੋ ਇਹ ਇੱਕ ਲੇਟੈਸਟ ਅਪਡੇਟ ਆ ਸੈਕਿੰਡ ਅਨਦਰ ਥਿੰਗ ਦੈਟ ਕਿ ਪਿਛਲੇ ਕਾਫੀ ਸਮੇਂ ਦੇ ਵਿੱਚ ਜਿਹੜੇ ਲੋਕਾਂ ਨੇ ਇਸ ਰੁਝਾਨ ਨੂੰ ਘਟਾਇਆ ਮੈਂ ਕਿਉਂਕਿ ਮੈਂ ਇਕੱਲੇ ਇਕੱਲੇ ਨਹੀਂ ਸਮਝਾ ਸਕਦਾ ਵੀਡੀਓ ਸਾਡੀ ਜਿੰਨੇ ਕੁ ਲੋਕਾਂ ਤੱਕ ਜਾਊਗੀ ਉਹ ਸਮਝਣਗੇ ਸਕਿੱਪ ਬਹੁਤ ਕਰਦੇ ਆ ਸਕਿੱਪ ਨਾ ਕਰਿਓ ਗੱਲ ਪੂਰੀ ਧਿਆਨ ਨਾਲ ਸੁਣ ਲਿਓ ਤਾਂ ਕਿ ਤੁਹਾਨੂੰ ਹੋਰ ਕਿਸੇ ਨੂੰ ਸੁਣਨ ਦੀ ਲੋੜ ਨਾ ਪਵੇ ਬਲਕਿ ਤੁਸੀਂ ਦੂਸਰਿਆਂ ਨੂੰ ਵੀ ਐਜੂਕੇਟ ਕਰ ਪਾਓਗੇ ਯੈਸ ਇਹੀ ਮੈਂ ਚੀਜ਼ ਕਹਿੰਦਾ ਹੁੰਦਾ ਕਿ ਜੇ ਕੋਈ ਇੱਕ ਬੰਦਾ ਸਮਝ ਕੇ ਗਿਆ ਉਹ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ ਜਾਣਨ ਵਾਲਿਆਂ ਨੂੰ 20-25 ਨੂੰ ਦੱਸ ਦੇ +2 ਸਟੂਡੈਂਟ ਦੇ ਲਈ ਜਿਹੜਾ ਕੈਨੇਡਾ ਸਟੂਡੈਂਟ ਵੀਜ਼ਾ ਨਹੀਂ ਬੰਦ ਹੋਇਆਗਾ ਅੱਜ ਇਸ ਗੱਲ ਨੂੰ ਮਹੀਨੇ ਦੇ ਉੱਪਰ ਹੋਣ ਵਾਲਾ ਵਾ ਮੈਂ ਬਹੁਤ ਵਾਰ ਸਮਝਾ ਚੁੱਕਾ ਨਵੇਂ ਐਪਲੀਕੈਂਟ ਜਿਹੜੇ ਆਉਂਦੇ ਵਧੀਆ ਬੈਂਡ ਸਕੋਰ ਲੈ ਕੇ ਉਹਨਾਂ ਦੇ ਪੇਰੈਂਟ ਇਸ ਗੱਲ ਤੋਂ ਡਰੇ ਹੋਏ ਆ ਭੋਲੇ ਲੋਕ ਆ ਪਿੰਡਾਂ ਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਭਾਣੇ ਇਹੀ ਆ ਕਿ +2 ਵਾਲਾਂ ਲਈ ਵੀਜ਼ਾ ਬੰਦ ਹੋ ਗਿਆ ਜੇ ਵੀਜ਼ਾ ਹੈਗਾ ਤਾਂ ਕਿ ਵਰਕ ਪਰਮਿਟ ਨਹੀਂ ਮਿਲਣਾ ਇੱਦਾਂ ਦਾ ਕੁਛ ਨਹੀਂ ਗਾ ਉਹਨਾਂ ਦੇ ਕਹਿਣ ਦੇ ਅਨੁਸਾਰ ਕੀ ਹੈ ਕਿ +2 ਵਾਲਾ ਸਟੂਡੈਂਟ ਜਿਹੜੀ ਕਿ ਲੜਕੀ ਹੈ ਅਗਰ ਉਹ ਮੈਰਿਡ ਹੋ ਜਾਂਦੀ ਹੈ ਜਿੱਦਾਂ ਕਿ ਆਪਣੇ ਇੱਥੇ ਬਹੁਤ ਜ਼ਿਆਦਾ ਸਿਸਟਮ ਸੀਗਾ ਵੀ ਲੜਕੇ ਨੇ ਮੈਰਿਜ ਕਰ ਲਈ ਨਾਲ ਉਹਦੇ 'ਤੇ ਪੈਸੇ ਲਾ ਦੇ ਕੰਟਰੈਕਟ ਹੋ ਗਿਆ ਅਤੇ ਕੁੜੀ ਚਲੀ ਗਈ ਅਤੇ ਜਾ ਕੇ ਡਾਕੂਮੈਂਟ ਭੇਜ ਦੀ ਅਤੇ ਮੁੰਡੇ ਦਾ ਵੀਜ਼ਾ ਲੱਗ ਜਾਂਦਾ ਇਹਦੇ ਨਾਲ ਨਾਲ ਉੱਥੇ ਡਿਵੋਰਸ ਦੇ ਕੇਸ ਬਹੁਤ ਜ਼ਿਆਦਾ ਫਾਈਲ ਹੋਏ ਆ ਕਿਉਂਕਿ ਜਿਹੜੇ ਬੱਚੇ 18-19 'ਚ ਗਏ ਸੀ ਉਹ ਸਰਕਲ ਬਣ ਕੇ ਦੁਬਾਰਾ ਪਹੁੰਚੇ PR ਲੈਣ ਦੇ ਲਈ ਉਸ ਤੋਂ ਬਾਅਦ ਇਹ ਮੂਵਮੈਂਟ ਹੋਈ ਆ ਉਸ ਤੋਂ ਬਾਅਦ ਜੇ ਸਪੈਸ਼ਲ ਡਿਸੀਜਨ
ਫੋਰ ਪਲੱਸ ਟੂ ਲਈ ਹੀ ਕਿਉਂ ਲਿੱਤਾ ਗਿਆ, ਕਿਉਂਕਿ ਉਹਦਾ ਰੀਜ਼ਨ ਹੀ ਇਹ ਸੀਗਾ, ਗ੍ਰੈਜੂਏਸ਼ਨ ਵਾਲੀ ਲੜਕੀ ਜਿਹੜੀ ਹੁੰਦੀ ਉਹ ਮੈਰਿਡ ਹੁੰਦੀ, ਘਰ ਰਹਿੰਦੀ ਆ, ਬੇਬੀ ਵੀ ਅਕਸਰ ਬਾਹਰ ਚਲੇ ਜਾਂਦੇ, ਤਾਂ ਉਹ ਇੱਕ ਅੱਗੇ ਵੱਧਦੇ ਆਪਣੀ ਲਾਈਫ ਦੇ ਵਿੱਚ, ਪਲੱਸ ਟੂ ਵਾਲਿਆਂ ਨੇ ਕੰਟਰੈਕਟ ਕੀਤਾ ਹੁੰਦਾ ਜਾਂ ਸਮਝ ਥੋੜ੍ਹੀ ਹੁੰਦੀ, ਉਹ ਡਿਵੋਰਸ ਵੱਲ ਨੂੰ ਚੱਲ ਪੈਂਦੇ ਆ। ਤਾਂ ਇਸ ਕਰਕੇ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਪਲੱਸ ਟੂ ਵਾਲੀ ਕੁੜੀ ਆ ਉਹ ਇਕੱਲੀ ਤਾਂ ਜਾਵੇ, ਉਹਦਾ ਜਿਹੜਾ ਸਪਾਊਸ ਆ ਉਹ ਉਦੋਂ ਜਾਵੇ ਜਦੋਂ ਲੜਕੀ ਵਰਕ ਪਰਮਿਟ 'ਤੇ ਹੋਵੇ। ਹੁਣ ਇਹ ਕੇਸ ਕਿਹਦਾ ਹੋਊਗਾ, ਜਿਹਨਾਂ ਦੀ ਰੀਅਲ ਮੈਰਿਜ ਹੋਊਗੀ, ਜੈਨੂਨ ਮੈਰਿਜ ਹੋਊਗੀ। ਕੰਟਰੈਕਟ ਵਾਲਿਆਂ ਦੇ ਤਾਂ ਵੇਟ ਕਰਨੀ ਨਹੀਂ, ਕਿਉਂਕਿ ਉਹਦੇ ਕੋਲੋਂ ਫੀਸ ਨਹੀਂ ਭਰੀ ਜਾਣੀ, ਤਾਂ ਜਾਨ ਨਿਕਲ ਜਾਣੀ ਆ, ਦਿਨ ਹੋ ਗਏ, ਉਹਨੂੰ 15 ਸਾਲ ਵਰਗੇ ਲੱਗਣੇ ਆ। ਇਸ ਕਰਕੇ ਇਹ ਕਹਾਣੀ ਸੀ, ਗ੍ਰੈਜੂਏਸ਼ਨ ਵਾਲੀ ਲੜਕੀ 6.5 ਨੋਟ ਲੈਸ ਦੈਨ 6 ਓਵਰਆਲ 6 ਇੱਕ ਚੋਂ 5.5 ਆਪਦੀ ਫਾਈਲ ਲਾਓ ਮਾਸਟਰ ਡਿਗਰੀ ਦੇ ਲਈ, ਸਪਾਊਸ ਦੇ ਨਾਲ ਲਾਉਣੀ ਆ, ਸਿੰਗਲ ਲਾਉਣੀ ਆ, ਇਕੱਠੇ ਵੀਜ਼ਾ ਲਓ। ਸਿੰਗਲ ਨੇ ਜਾਣਾ ਜਾ ਕੇ ਲਾਓ, ਦੋਨਾਂ ਦਾ ਵੀਜ਼ਾ ਫਿਰ ਵੀ ਆਏਗਾ, ਬਾਅਦ ਵਾਲੇ ਦੇ ਵਿੱਚ ਸਪਾਊਸ ਵੀਜ਼ਾ ਆਏਗਾ। ਪਲੱਸ ਟੂ ਵਾਲੀ ਲੜਕੀ ਜਿਹਨੇ ਬੈਂਡ ਸਕੋਰ 7 ਆ, 6 ਆ, 1 ਚੋਂ 5.5 ਆ, ਉਹ ਵੀ ਜਾਵੇ, ਬਸ ਉਹ ਸਪਾਊਸ ਆ ਉਹਦਾ ਨਾਲ, ਉਹ ਨਹੀਂ ਜਾ ਪਾਊਗਾ, ਉਹ ਬਾਅਦ ਦੇ ਵਿੱਚ ਹੋਊਗਾ। ਇਹਦੇ ਨਾਲ ਇੱਕ ਹੋਰ ਚੀਜ਼ ਕਰਦਾ, ਕਈ ਛਾਤਰ ਦਿਮਾਗ ਕੰਸਲਟੈਂਟ ਏਜੰਟ ਨੇ ਕੁਛ ਯੂਨੀਵਰਸਿਟੀਆਂ ਦੇ ਵਿੱਚ ਕੋਰਸ ਲੱਭ ਲਿਆ ਸੀਗਾ, ਜਦੋਂ ਕਿ ਇਹਦੀ ਅਪਡੇਟ ਜਦੋਂ ਆਈ ਤਾਂ ਉਸ ਅਪਡੇਟ ਦੇ ਵਿੱਚ ਇਹਨਾਂ ਨੇ 4 ਕੋਰਸ ਦਿੱਤੇ ਸੀ ਆਪਾਂ ਨੂੰ, ਜਿਹੜੇ ਉਹ 4 ਕੋਰਸ ਸੀ ਉਹਨਾਂ ਦੇ ਵਿੱਚ ਬੈਚਲਰ ਆਫ ਡਾਕਟਰੇਟ, ਬੈਚਲਰ ਆਫ ਲਾਅ, ਬੈਚਲਰ ਆਫ ਇੰਜੀਨੀਅਰਿੰਗ ਐਂਡ ਬੈਚਲਰ ਆਫ ਐਜੂਕੇਸ਼ਨ ਸੀ। ਜਿਹੜੇ ਫਸਟ ਮੈਂ 3 ਕੋਰਸ ਬੋਲੇ ਆ, ਇਹਨਾਂ 3 ਕੋਰਸਿਸ ਦੀ ਆਫਰ ਲੈਟਰ ਹੀ ਨਹੀਂ ਆਉਂਦੀ। ਸੋ ਕੈਨੇਡਾ ਨੇ ਪੱਲਾ ਹੀ ਛੁੜਾ ਲਿਆ ਨਾ ਆਪਣਾ, ਜਿਹਦੇ ਵਿੱਚ ਉਹਨੂੰ ਲੱਗਦਾ ਸੀਗਾ ਕਿ ਪਲੱਸ ਟੂ ਵਾਲਾ ਬੱਚਾ ਬੈਚਲਰ ਦਾ ਇਹ ਕੋਰਸ ਲੈ ਕੇ ਅਤੇ ਸਪਾਊਸ ਨੂੰ ਨਾਲ ਲੈ ਕੇ ਆ ਸਕਦਾ, ਤਾਂ ਹਰੇਕ ਪੇਰੈਂਟ ਨੇ ਸੋਚਿਆ ਕਿ ਸਰ ਸਾਡੇ ਬੱਚੇ ਨੂੰ ਆਹ ਕੋਰਸ ਦੇ ਦਿਓ, ਜਦਕਿ ਉਹ ਕੋਰਸ ਦੀ ਆਫਰ ਹੀ ਨਹੀਂ ਆਉਂਦੀ। ਫਿਰ ਇੱਕੋ ਹੀ ਕੋਰਸ ਦੀ ਆਫਰ ਲੈਟਰ ਆਉਂਦੀ ਆ ਟ੍ਰਿਨਿਟੀ ਯੂਨੀਵਰਸਿਟੀ ਦੇ ਵਿੱਚ ਬੈਚਲਰ ਆਫ ਐਜੂਕੇਸ਼ਨ ਦੀ, ਜਿਹੜਾ ਅੱਜ ਉਹ ਵੀ ਖਤਮ ਹੋ ਜਾਣਾ। ਕਿਉਂ? ਕਿਉਂਕਿ ਅਕੋਰਡਿੰਗ ਟੂ ਲਾਸਟ ਟਾਈਮ ਬਿਫੋਰ ਟੂਡੇ, ਏਜੰਟ ਬੱਚੇ ਨੂੰ ਇਹ ਕਹਿੰਦਾ ਸੀਗਾ ਕਿ ਤੁਸੀਂ ਟ੍ਰਿਨਿਟੀ ਦਾ ਕਾਲਜ ਲੈ ਲਓ, ਯੂਨੀਵਰਸਿਟੀ ਲੈ ਲਓ, ਸਪਾਊਸ ਦੀ ਫਾਈਲ ਲੱਗੀ। ਉਹ 4 ਸਾਲ ਦੀ ਸਟੱਡੀ ਆ, 4 ਸਾਲ ਕੋਈ ਨਹੀਂ ਪੜ੍ਹਦਾ, 2 ਸਾਲ ਦਾ ਕੋਰਸ 16 ਮਹੀਨੇ 'ਚ ਕੰਪਲੀਟ, ਵਰਕ ਪਰਮਿਟ ਪਾ ਕੇ PR ਅਪਲਾਈ ਹੋ ਜਾਂਦੀ ਆ। 4 ਸਾਲ ਦੇ ਵਿੱਚ ਕੌਣ ਆ ਜਿਹੜਾ 22x44 ਅਤੇ $88,000 ਪੇ ਕਰਾਊਗਾ? ਇਸ ਕਰਕੇ ਉਹ ਇਕੱਠੇ ਜਾ ਕੇ ਉਹ ਕਹਿੰਦੇ ਚੇਂਜ ਕਰ ਲਓ। ਅੱਜ ਕੀ ਰੂਲ ਆ ਗਿਆ, ਚੇਂਜ ਹੋਣਾ ਹੀ ਨਹੀਂ, ਤਾਂ ਇਸ ਕਰਕੇ ਉਹ ਵੀ ਇਫੈਕਟ ਪੈ ਜਾਣਾ। ਸੋ ਇਟ ਮੀਨਸ ਕਿ ਜਿਹੜਾ ਫੈਸਲਾ ਉਹਨਾਂ ਨੇ ਲੈ ਲਿਆ ਉਹ ਲੋਹੇ 'ਤੇ ਲਕੀਰ ਆ, ਪੱਥਰ 'ਤੇ ਲਕੀਰ ਆ, ਮੀਨਸ ਕਿ ਉਹ ਸਪਾਊਸ ਨਾਲ ਨਹੀਂ ਜਾਊਗਾ, ਲੜਕੀ ਇਕੱਲੀ ਜਾਊਗੀ। ਅੱਜ ਵੀ ਜਿਹਨੇ ਫਾਈਲ ਲਾਉਣੀ ਆ, ਇਸ ਅਪਡੇਸ਼ਨ ਤੋਂ ਬਾਅਦ 'ਚੋਂ ਅਸੀਂ 32 ਵੀਜ਼ਾਸ ਲੈ ਲਿੱਤੇ ਆ, ਮੇਰੇ ਖਿਆਲ ਇਸ ਤੋਂ ਜ਼ਿਆਦਾ ਹੀ ਹੋਣਗੇ ਸਟੂਡੈਂਟ ਦੇ। ਹੁਣ ਉਹ ਸਟੂਡੈਂਟ ਵੀ ਤਾਂ ਸਾਰੇ 12th ਵਾਲੀ ਆ, ਅਤੇ ਉਹਨਾਂ ਨੇ ਵੀ ਤਾਂ ਜਾਣਾ ਹੀ ਆ ਅਕਸਰ ਜੇ ਉਹਨਾਂ ਦੇ ਵੀਜ਼ਾਸ ਲੱਗੇ ਆ। ਸੋ ਇਹ ਗੱਲ ਆ ਵੀ ਕਿਤੇ ਕੋਈ ਸਟੋਪ ਨਹੀਂ ਹੋਇਆ, ਸਾਰਾ ਕੰਮ ਬਹੁਤ ਵਧੀਆ ਚੱਲ ਰਿਹਾ। ਅਸੀਂ ਕਿਉਂ ਨਹੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਕਹਿੰਦੇ ਪਏ ਕਿ ਸਾਡੇ 'ਤੇ ਇਫੈਕਟ ਪਿਆ ਵਾ, ਕਿਉਂਕਿ ਅਸੀਂ ਉਹਨਾਂ ਚੀਜ਼ਾਂ 'ਚ ਪਹਿਲਾਂ ਹੀ ਨਹੀਂ ਗਏ ਸੀ। ਜਿਵੇਂ ਹੁਣੇ ਗੱਲ ਕੀਤੀ ਕਿ ਬੁੱਲੇ ਲੁੱਟੇ, ਪਰ ਬਾਅਦ 'ਚੋਂ ਸੋਚਿਆ ਕਿ ਯਾਰ ਹੁਣ ਕੀ ਹੋਊਗਾ, ਅਸੀਂ ਬੁੱਲੇ ਲੁੱਟਣ ਵਾਲੀ ਸਾਈਡ 'ਤੇ ਗਏ ਨਹੀਂ, ਅਸੀਂ ਆਪਣੇ ਆਫਿਸ ਦੇ ਆਪਦੇ ਪਰਸਨਲ ਐਕਸਪੈਂਸ ਨੂੰ ਇੰਨੇ ਇਨਕਰੀਜ਼ ਹੀ ਨਹੀਂ ਕੀਤਾ ਕਿ 2 ਵੀਜ਼ੇ ਲੈ ਕੇ ਚਲੋ ਥਾਈਲੈਂਡ ਦਾ ਟੂਰ ਕੱਢੀਏ, 4 ਵੀਜ਼ੇ ਲੈ ਕੇ ਚਲੋ ਸ਼ਾਮ ਨੂੰ ਰਾਤ ਨੂੰ ਗੇੜਾ ਕੱਢ ਗਈ ਐਕਸਟਰਾ। ਨੋ, ਸਾਡਾ ਕੰਮ ਆ ਸਾਡੇ ਕੋਲ ਆਏ ਹੋਏ ਸਟੂਡੈਂਟ ਦਾ ਭਵਿੱਖ ਬਣਾਉਣਾ, ਸਾਡਾ ਬਿਜ਼ਨਸ ਆ, ਉਹਨੂੰ ਪੈਸ਼ਨੇਟ ਤਰੀਕੇ ਨਾਲ ਕਰੀਏ, ਚਾਹੇ ਰਾਤ ਦੇ 10 ਵੱਜਣ 2 ਵੱਜਣ, ਫਾਈਲਾਂ ਚਲਾਉਣੀ ਆ, SOP ਬਣਾਉਣੀ ਆ ਅਤੇ ਬਣਾਉਣੀ ਆ। ਤੁਸੀਂ ਆਪਣੀ ਰੂਟੀਨ ਹੀ ਫੋਲੋ ਕੀਤਾ, ਉਹਨੂੰ ਫੋਲੋ ਕੀਤਾ, 1000 ਦਾ ਟੀਚਾ ਤਾਂ ਹੀ ਪਾਰ ਕੀਤਾ ਜੇ ਸਾਡੇ ਕੋਲ 200 ਐਪਲੀਕੇਸ਼ਨ ਦਸੰਬਰ ਮਹੀਨੇ ਚ ਆਈ, ਟਾਰਗੇਟ ਦੇ ਕੇ ਅਚੀਵਮੈਂਟ ਲਿੱਤੀ ਆ, ਕਿਉਂਕਿ 31 ਦਸੰਬਰ ਤੱਕ ਫਾਈਲਾਂ ਲਾਂਚ ਕੀਤੀਆਂ ਹੁਣ ਸਾਰਿਆਂ ਨੇ, ਅਸੀਂ 1 ਜਨਵਰੀ 11:34 ਤੱਕ ਫਾਈਲਾਂ ਲਾਂਚ ਕੀਤੀਆਂ, ਕਿਉਂਕਿ ਕੈਨੇਡਾ ਉਦੋਂ ਨਹੀਂ ਹੋਈ ਸੀ 31, ਤਾਂ ਇਸ ਕਰਕੇ ਮੇਰੇ ਕੋਲ ਤਾਂ ਪ੍ਰੂਫ ਵੀ ਪਿਆ ਵਾ, ਗਗਨਪ੍ਰੀਤ ਕੌਰ ਮਾਨਸਾ ਸਾਈਡ ਤੋਂ ਲੜਕੀ ਸੀ, ਉਹਦਾ ਵੀਜ਼ਾ ਦੀ ਫਾਈਲ ਦੀ ਲੌਜਮੈਂਟ ਮੈਂ 1 ਤਰੀਕ ਨੂੰ ਕੀਤੀ ਆ, 1 ਜਨਵਰੀ 11:30 'ਤੇ, ਔਰ ਉਹਦੇ ਬਾਇਓਮੈਟ੍ਰਿਕ ਹੋਇਆ 12 ਜਨਵਰੀ ਨੂੰ, 2 ਦਿਨ 'ਚ ਆ ਜਾਂਦੇ ਨਾ, ਉਹਦੇ ਲੇਟ ਆਏ ਸੀਗੇ, ਔਰ ਉਹਦੀ GIC ਵੀ ਬਾਅਦ ਦੇ ਵਿੱਚ ਗਈ ਸੀ ਕਿਉਂਕਿ ਇੰਸਟਰਕਸ਼ਨ ਸ਼ੀਟ 'ਤੇ ਫਾਈਲ ਲੱਗ ਗਈ, ਉਹਨਾਂ ਨੇ ਮੰਗ ਲਈ, ਉਹ ਤੋਂ ਬਾਅਦ ਉਹ ਵੀਜ਼ਾ ਲੈ ਕੇ ਇਸ ਟਾਈਮ ਕੁੜੀ ਕੈਲਗਰੀ 'ਚ ਬੈਠੀ ਹੈ।
ਸੋ ਠੀਕ ਹੈ ਜੀ ਗਗਨ ਜੀ, ਤੁਸੀਂ ਵੀ ਜੇ ਵੀਡੀਓ ਦੇਖਦੇ ਹੋ ਇੱਕ ਵਾਰੀ ਕਮੈਂਟ ਸੈਕਸ਼ਨ 'ਚ ਹਾਈ ਕਰ ਦਿਓ, ਪਹੁੰਚੂ ਗਿਆ ਇਹਨਾਂ ਕੋਲੇ, ਉਹਨਾਂ ਨੂੰ ਪਤਾ ਵਾ। ਅੱਛਾ ਇੱਕ ਕੁਐਸਚਨ ਜਿਹੜਾ ਮੈਂ ਇੱਥੇ ਵੈਸੇ ਗੱਲ ਕਰਾਂ ਕਿ ਸਟੂਡੈਂਟ ਉੱਥੇ ਜਾ ਕੇ ਕਾਲਜ ਬਦਲਦਾ ਕਿਉਂ ਆ? ਦੇਖੋ ਜੋ ਇੱਕ ਜੋ ਮੇਰੀ ਸਮਝ ਕਹਿੰਦੀ ਹੈ, ਉਸ ਤੋਂ ਬਾਅਦ ਤੁਸੀਂ ਆਪਣਾ ਐਕਸਪਰਟ ਵਿਊ ਦਿਓ। ਮੈਂ ਇੱਕ ਨੋਰਮਲ ਜਿਹਾ ਸਟੂਡੈਂਟ ਹਾਂ, ਬਸ ਮੇਰੀ ਸਮਝ ਇੱਥੇ ਤੱਕ ਹੈ, ਮੈਨੂੰ ਕੈਨੇਡਾ ਦਾ ਵੀਜ਼ਾ ਚਾਹੀਦਾ। ਬਸ ਕਿਸੇ ਵੀ ਆਇਲਸ ਇਮੀਗ੍ਰੇਸ਼ਨ ਸੈਂਟਰ ਦਾ ਦਰਵਾਜ਼ਾ ਖੜਕਾਇਆ, ਉਹਨਾਂ ਨੇ ਕਿਹਾ ਜੀ ਤੁਸੀਂ ਫਲਾਣੇ ਕਾਲਜ ਚਲੇ ਜਾਓ। ਕਾਰਨ, ਉੱਥੋਂ ਦਾ ਕਮਿਸ਼ਨ ਉਹਨੂੰ ਚੰਗਾ ਆ ਰਿਹਾ, ਉੱਥੋਂ ਦਾ ਉਹਦਾ ਤਾਲਮੇਲ ਜਾਂ ਥੋੜ੍ਹਾ ਫਿੱਟ ਬੈਠਿਆ ਹੋਇਆ, ਜਾਂ ਇੱਕ ਦੋ ਵੀਜ਼ੇ ਆ ਗਏ ਹੋਣੇ, ਉਹਨੂੰ ਲੱਗਦਾ ਵੀ ਯਾਰ ਟ੍ਰਾਇਲ ਬੇਸਿਸ 'ਤੇ ਜੇ ਆਹ ਵਧੀਆ ਰਹਿ ਗਿਆ ਤਾਂ ਇਹਦਾ ਵੀ ਇੱਥੇ ਹੀ ਆ ਜਾਏਗਾ। ਹੁਣ ਜਿਹਦੇ ਕਰਕੇ ਸਟੂਡੈਂਟ ਨੇ ਤਾਂ ਐਕਚੁਅਲੀ ਜਾਣਾ ਸੀਗਾ ਸ਼ਾਇਦ ਬਰੈਂਪਟਨ, ਜਾਂ ਉਹਨੇ ਸ਼ਾਇਦ ਜਾਣਾ ਸੀ ਕੈਲਗਰੀ, ਜਾਂ ਉਹਨੇ ਜਾਣਾ ਸੀ ਮੇ ਬੀ ਅੱਜ ਕੱਲ੍ਹ ਤਾਂ ਸਕੈਚਵਨ ਵੀ ਕਹਿੰਦੇ, ਪਰ ਉਹਨੇ ਉਹਨੂੰ ਦੇ ਦਿੱਤਾ ਨੋਵਾ ਸਕੋਸ਼ੀਆ ਜਾਓ ਬਈ। ਹੁਣ ਇੱਥੇ ਤਾਂ ਸਟੂਡੈਂਟ ਦੀ ਆਪੇ ਹੀ ਮਜਬੂਰੀ ਬਣ ਗਈ ਨਾ, ਉਹ ਕਹਿੰਦਾ ਚਲੋ ਫਿਰ ਤੈਨੂੰ ਮੈਂ, ਵੈਸੇ ਤੋਂ ਆਪਣੇ ਮੂੰਹੋਂ ਕਹਿੰਦੇ ਨਹੀਂ ਗੇ ਕਿਉਂਕਿ ਕਮਿਸ਼ਨ ਦਾ ਵੀ ਇਹਦੇ ਵਿੱਚ ਇਸ਼ੂ ਹੈ। ਚਲੋ ਸਟੂਡੈਂਟਸ ਨੇ ਉਹਨਾਂ ਗੱਲਾਂ ਨਾਲ ਕੀ ਲੈਣਾ ਦੇਣਾ, ਨਾ ਤੁਸੀਂ ਉਹਨਾਂ ਨੂੰ ਦੇਣਾ ਅਤੇ ਨਾ ਉਹਨਾਂ ਤੋਂ ਲੈਣਾ, ਬਟ ਇੱਥੇ ਕੀ ਹੁੰਦਾ ਕਿ ਸਟੂਡੈਂਟ ਕਿਉਂਕਿ ਆਪਣੇ ਡਿਜ਼ਾਇਰ ਡੈਸਟੀਨੇਸ਼ਨ 'ਤੇ ਪਹੁੰਚਿਆ ਨਹੀਂ, ਜਿਹਦੇ ਕਰਕੇ ਉਹਦੀ ਉੱਥੇ ਜਾ ਕੇ ਮਜਬੂਰੀ ਹੋ ਗਈ ਕਿ ਮੈਂ ਡੈਸਟੀਨੇਸ਼ਨ ਆਪਣਾ ਚੇਂਜ ਕਰ ਲਾਂ। ਬਟ ਤੁਸੀਂ ਤਾਂ ਕਹਿੰਦਾ ਵੀ ਗਲੋਬ 'ਤੇ ਹੱਥ ਲਾ ਦਿਓ, ਜਿੱਥੇ ਹੱਥ ਲਾ ਤਾ ਉੱਥੇ ਭੇਜ ਦਾਂਗੇ। ਐਬਸੋਲੂਟਲੀ ਫਿਰ ਮੈਨੂੰ ਤਾਂ ਲੱਗਦਾ ਤੁਹਾਡਾ ਕੋਈ ਸਟੂਡੈਂਟ ਚੇਂਜ ਕਰਦਾ ਹੀ ਨਹੀਂ, ਉਹਨਾਂ ਨੂੰ ਜ਼ਰੂਰਤ ਕੀ ਹੈ? ਦੇਖੋ ਸਟੂਡੈਂਟ ਸਾਡੇ ਵੀ ਚੇਂਜ ਕਰਕੇ ਗਏ ਆ। ਹੁਣ ਮੈਂ ਇੱਥੇ ਦੋ ਧਾਰੀ ਹੀ ਗੱਲ ਕਰਕੇ ਤੁਹਾਡੇ ਮੂਹਰੇ ਪੇਸ਼ ਕਰੂੰਗਾ ਕਿ ਹਰ ਪਹਿਲੂ ਨੂੰ ਸਾਹਮਣੇ ਆਉਣਾ ਚਾਹੀਦਾ, ਇਹ ਨਹੀਂ ਗਾ ਕਿ ਮੈਂ ਆਪਦਾ ਮੂਹਰੇ ਰੱਖਦਾ ਦੂਜੇ ਦਾ ਸੁਣਾ ਨਾ। ਪਹਿਲੇ ਦਿਨ ਤੋਂ ਹੀ ਜੇ ਅਸੀਂ ਮੰਨ ਕੇ ਚਲੋ ਯੋਰਕਵਿਲ ਯੂਨੀਵਰਸਿਟੀ 'ਚ ਵੀਜ਼ਾ ਲਿੱਤੇ ਸੀਗੇ, 33 ਵੀਜ਼ਾ ਲਿੱਤੇ ਸੀਗੇ ਮੈਂ, ਔਰ ਉਹ 33 ਵੀਜ਼ਾ ਦੇ ਵਿੱਚ ਉਹ 30 ਸਟੂਡੈਂਟ ਨੇ ਕਾਲਜ ਚੇਂਜ ਕਰ ਲਿਆ। ਹੁਣ ਇਹਦੇ ਵਿੱਚ ਤਾਂ ਮੰਗਿਆ ਤਾਂ ਉਹਨਾਂ ਨੇ ਆਪਣੀ ਸੇਮ ਡੈਸਟੀਨੇਸ਼ਨ, ਕਿਉਂਕਿ ਕਦੀ ਕਦੀ ਏਜੰਟ ਦਾ ਲਾਲਚ ਵੀ ਆ ਜਾਂਦਾ, ਕਦੀ ਕਦੀ ਸਟੂਡੈਂਟ ਦੀ ਚਲਾਕੀ ਵੀ ਆ ਜਾਂਦੀ ਹੈ, ਦੋਨੋਂ ਚੀਜ਼ਾਂ ਹੁੰਦੀਆਂ। ਐਬਸੋਲੂਟਲੀ ਠੀਕ ਹੈ, ਕਦੀ ਵੀ ਹਰ ਸਿੱਕੇ ਦੇ ਇੱਕ ਪਹਿਲੂ ਨਹੀਂ ਦੋ ਪਹਿਲੂ ਹੁੰਦੇ ਆ, ਉਵੇਂ ਇਸ ਚੀਜ਼ ਦੇ ਵੀ ਦੋ ਹੀ ਕਾਰਨ ਆ। ਮੈਂ ਇੱਥੇ ਇਹ ਚੀਜ਼ ਤੁਹਾਨੂੰ ਤਾਂ ਦੱਸਣੀ ਚਾਹੁੰਦਾ ਹਾਂ ਕਿ ਅਸੀਂ ਅੱਜ ਤੱਕ ਜਿੱਦਾਂ ਕਿ ਬਾਕੀ ਦੇ ਕੰਸਲਟੈਂਟ ਦਾ ਇਹ ਮੰਨਣਾ ਹੁੰਦਾ ਵਾ ਕਿ ਸਰ, ਮੈਨੂੰ ਫੋਨ ਵੀ ਆਉਂਦੇ ਹੁੰਦੇ ਆ ਕਿ ਸਰ ਜੇ ਉੱਥੇ ਬੱਚਾ ਸਟੂਡੈਂਟ ਥੋੜ੍ਹਾ ਚੇਂਜ ਕਰ ਲਏ ਫਿਰ ਤੁਸੀਂ ਕੀ ਕਹਿੰਦੇ? ਮੈਂ ਕਿਹਾ ਮੈਂ ਤਾਂ ਕੁਛ ਨਹੀਂ ਕਹਿੰਦਾ, ਮੈਂ ਕੀ ਕਹਿ ਸਕਦਾ? ਇਹ ਉਹਦਾ ਫੰਡਾਮੈਂਟਲ ਰਾਈਟ ਹੈ, ਠੀਕ ਹੈ, ਫੰਡਾਮੈਂਟਲ ਰਾਈਟ ਉਹਦਾ ਆਪਣਾ ਹੋ ਗਿਆ, ਐਂਡ ਜੋ ਉਹਨੂੰ ਨੈਸ਼ਨਲ ਰਾਈਟ ਉਹ ਜਿਹੜੀ ਵੀ ਕੰਟਰੀ ਨੇ ਦੇਣੇ ਆ ਉਹ ਵੀ ਉਹਦੇ ਆਪਦੇ ਉੱਥੋਂ ਦੇ ਹੋ ਗਏ। ਹੁਣ ਸਾਡਾ ਕੰਸਲਟੈਂਸੀ ਰਾਈਟ ਸੀਗਾ, ਮੇਰੇ ਕੋਲ ਕੰਸਲਟੈਂਸੀ ਤੋਂ ਬਾਅਦ 'ਚ ਉਹਨੇ 25-20 ਜੋ ਵੀ ਕਮਿਟ ਕੀਤਾ ਉਹ ਮੈਨੂੰ ਦੇ ਗਿਆ, ਉਸ ਤੋਂ ਬਾਅਦ 'ਚ ਉਹਨੇ ਚੇਂਜ ਕਰਨਾ, ਉਹਦਾ ਆਪਣਾ ਰਾਈਟ ਹੈ। ਕਿਉਂ? ਹੁਣ 4 ਸਾਲ ਦੇ ਵਿੱਚ ਯਾਰ ਕਿਹੜਾ ਬੱਚਾ ਜਿਹੜਾ ਕਰੂਗਾ ਡਿਗਰੀ ਆਪਣੀ, ਉਸ ਤੋਂ ਬਾਅਦ ਜੋ ਵਰਕ ਪਰਮਿਟ ਪਾਊਗਾ ਉਹੀ ਕੰਮ ਉਹਨੇ 16 ਮਹੀਨੇ 'ਚ ਕਰ ਲਿਆ। ਮੈਂ ਕਿਹਾ ਸਰ ਚੇਂਜ ਕਰ ਲਓ। ਸੋ ਇਹਦੇ ਨਾਲ ਕੀ ਹੋਇਆ, ਮੈਂ ਉਹਨਾਂ ਦੀ ਚੇਂਜ ਕਰਨ 'ਚ ਹੈਲਪ ਕੀਤੀ, ਮੈਂ ਉਹਨਾਂ ਨੂੰ ਗੁੱਸੇ ਨਹੀਂ ਹੋਇਆ, ਮੈਂ ਨਹੀਂ ਕਿਹਾ ਕਿ ਚੈੱਕ ਦਿਓ, ਬਾਕੀ ਜਣ ਕਹਿੰਦੀ ਚੈੱਕ ਦੇ ਦਿਓ ਸਾਡਾ 1,00,000 ਰੁਪਈਆ ਮਰ ਗਿਆ, ਅਸੀਂ ਤਾਂ ਐਂ ਕਰਾਂਗੇ ਯੋ ਕਰਾਂਗੇ, ਪਹਿਲਾਂ ਚੈੱਕ ਦੇ ਦਿਓ। ਨੈਵਰ, ਇਹਦੇ ਨਾਲ ਤੁਸੀਂ 1,00,000 ਐਡਵਰਟੀਜ਼ਮੈਂਟ ਕਰ ਲਓ, ਤੁਹਾਡੇ ਕੋਲ ਨਹੀਂ ਆਉਣਾ। ਮੇਰੀ ਇਹ ਐਡਵਰਟੀਜ਼ਮੈਂਟ ਆ, ਉਹਦਾ ਕਾਰਨ ਇਹ ਆ ਕਿ ਅਸੀਂ ਪਹਿਲੇ ਦਿਨ ਤੋਂ ਹੀ ਸੋਚਿਆ ਸੀ ਉਹਨਾਂ ਦਾ ਦਿਲ ਨਹੀਂ ਦਿਖਾਉਣਾ। ਦੇਖੋ ਜਿਹੜੇ ਬੰਦੇ ਨੇ ਜਿਹੜੀ ਚੀਜ਼ ਸੋਚ ਲਈ, ਜੇ ਸਟੂਡੈਂਟ ਨੇ ਚੇਂਜ ਕਰਨ ਵਾਸਤੇ ਸੋਚ ਲਿਆ, ਉਹਨੇ ਚੇਂਜ ਕਰਨਾ ਹੀ ਕਰਨਾ, ਤੁਹਾਨੂੰ ਨਹੀਂ ਪੁੱਛਣਾ। ਜੇ ਤੁਹਾਨੂੰ ਪੁੱਛ ਲਿਆ ਤਾਂ ਤੁਸੀਂ ਸਲਾਹ ਜੇ ਸਹੀ ਦੇ ਦਿੱਤੀ ਤਾਂ ਤੁਹਾਡੇ ਨਾਲ ਜੁੜਿਆ ਰਹਿ ਗਿਆ। ਇਹਦੀ ਇੱਕ ਉਦਾਹਰਨ ਇਹ ਵੀ ਆ ਕਿ ਤੁਹਾਡੇ ਆਫਿਸ ਦੇ ਵਿੱਚ ਲੱਗਿਆ ਹੋਇਆ ਸਟਾਫ ਜੇ ਅੱਗੇ ਵੱਧ ਕੇ ਆਪਦਾ ਆਫਿਸ ਓਪਨ ਕਰਨਾ ਚਾਹੁੰਦਾ, ਉਹਨੇ ਸੋਚ ਲਿਆ, ਜੇ ਤਾਂ ਤੁਸੀਂ ਉਸ ਨੂੰ ਐਪਰੀਸ਼ੀਏਟ ਕੀਤਾ ਔਰ ਉਹਦੀ ਹਰ ਰਸਤੇ ਦੇ ਵਿੱਚ ਹੈਲਪ ਕੀਤੀ, ਤਾਂ ਮੈਨੂੰ ਇਹ ਸ਼ੋਰ ਆ ਕਿ ਜਿੱਦਾਂ ਮੈਂ ਆਪਣੇ 3 ਸਟਾਫ ਦਾ ਰੀਵਨ ਕੱਟ ਕੇ ਆਇਆ, ਚੰਗਾ ਦੋਸਤ ਬਣੇਗਾ। ਯੈਸ, ਉਹ ਚੰਗਾ ਦੋਸਤ ਬਣੇਗਾ, ਕਰਨਾ ਤਾਂ ਉਹਨੇ ਹੈਗਾ ਹੀ ਆ।
ਜੇ ਤੁਸੀਂ ਨਹੀਂ ਦੱਸੋਗੇ ਤਾਂ ਉਹ ਤੁਹਾਨੂੰ ਗੁੱਸੇ ਦੀ ਨਿਗਾਹ ਨਾਲ ਦੇਖੂਗਾ ਤੇ ਕਾਰੋ ਫਿਰ ਵੀ ਲਊਗਾ ਜਾਂਦੇ ਜਾਂਦੇ ਤੁਹਾਡਾ ਕੋਈ ਨੁਕਸਾਨ ਕਰ ਦੇ ਐਬਸੋਲੂਟਲੀ ਉਸੇ ਤਰੀਕੇ ਦੇ ਨਾਲ ਸਟੂਡੈਂਟ ਆ ਜਦੋਂ ਉਹਨੇ ਸੋਚ ਲਿਆ ਕਿ ਮੈਂ ਚੇਂਜ ਕਰਨਾ ਤਾਂ ਤੁਸੀਂ ਉਹਨੂੰ ਦੱਸ ਦੋਗੇ ਬੇਟੇ ਆਹ ਨਹੀਂ ਤਾਂ ਆਹ ਲੈ ਲਾ ਯੋਰਕਵਿਲ ਵਾਲੇ ਜਿੰਨੇ ਬੱਚੇ ਸੀ ਕਿਸੇ ਨੇ ਤਾਂ ਲਿੱਤਾ ਵਾ ਕੈਮਰੀਅਨ ਐਟ ਹੈਂਸਨ ਕਿਸੇ ਨੇ ਲਿੱਤਾ ਕਿਊਟਲਮ ਕਾਲਜ ਇਹੀ ਦੋ ਕਾਲਜ ਮੇਨ ਲਿੱਤੇ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ 16 ਮਹੀਨੇ ਦੀ ਪੜ੍ਹਾਈ ਆ $13,000 ਫੀਸ ਆ ਇੱਕ ਸਾਲ ਦੀ $26,000 ਸਟੱਡੀ ਕੰਪਲੀਟ ਕਰਕੇ PR ਲੈ ਲਈ ਜੇ ਕਿੱਥੇ ਉਹਨਾਂ ਨੇ $21,000 $84,000 ਪੇ ਕਰਨਾ ਸੀਗਾ ਸੋ ਮੈਂ ਇੱਥੇ ਹੀ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਉਹ ਕਹਿਣਗੇ ਯਾਰ ਨਹੀਂ ਇਹ ਮੇਰਾ ਜੈਨੂਇਨ ਫੈਕਟ ਆ ਜਿਹਨੂੰ ਮਰਜ਼ੀ ਪਤਾ ਕਰ ਲਓ ਜਿਹੜੇ ਮਰਜ਼ੀ ਸਟੂਡੈਂਟ ਤੋਂ ਜਿਹੜੇ ਮਰਜ਼ੀ ਕੰਸਲਟੈਂਟ ਤੋਂ ਨਾ ਅੱਜ ਤੱਕ ਮੈਂ ਇਹ ਗੱਲ ਬੈਕ ਕੈਮਰਾ ਗਈ ਆ ਫਰੰਟ 'ਤੇ ਵੀ ਮੇਰੀ ਇਹੀ ਆ ਲਾਸਟ 'ਤੇ ਵੀ ਇਹੀ ਆ ਕਿਸੇ ਤੋਂ ਕੋਈ ਚੈੱਕ ਨਹੀਂ ਤਾਂ ਕਿਸੇ ਤੋਂ ਕੋਈ ਪੈਸੇ ਲਿੱਤੇ ਜਿਹਨੇ ਚੇਂਜ ਕਰਨਾ ਕਰ ਲਓ ਸਾਡੇ ਸਟੂਡੈਂਟ ਸਾਡੇ ਕੋਲ ਰਹਿੰਦੇ ਜੇ ਚੇਂਜ ਕਰਨਾ ਹੁਣ ਉਸ ਤੋਂ ਬਾਅਦ ਇਹ 'ਚ ਆ ਗਿਆ ਜਿੱਦਾਂ ਮੈਂ ਚੀਜ਼ ਗਈ ਆ ਗਲੋਬ 'ਤੇ ਹੱਥ ਰੱਖ ਕੇ ਦੱਸ ਦਿਓ ਉਹਦੇ ਵਿੱਚ ਕੀ ਆ ਕਿ ਹੁਣ ਸਟੂਡੈਂਟ ਸੀ ਵਿਪਨਦੀਪ ਕੌਰ ਹੁੰਜਨ ਨਾਲੇ ਤੁਹਾਡੀ ਗੱਲ ਨੂੰ ਮੈਂ ਜੇ ਇੱਥੇ ਥੋੜ੍ਹਾ ਜਿਹਾ ਐਡ ਕਰਾਂ ਜੇ ਉਹ ਕਹਿੰਦੇ ਕਿ ਹੁਣ ਤੁਸੀਂ ਕਾਲਜ ਉੱਥੇ ਜਾ ਕੇ ਦੁਬਾਰਾ ਤੋਂ ਅਪਲਾਈ ਕਰਨੀ ਹੈ ਨਾ ਫਾਈਲ ਵਗੈਰਾ ਲਾਉਣੀ ਹੈ ਉੱਥੇ ਵੀ ਤਾਂ ਕੰਸਲਟੈਂਸੀ ਫੀਸ ਤੁਸੀਂ ਭਰੋਗੇ ਉੱਥੇ ਹਾਇਰ ਕਰੋਗੇ ਕਿਸੇ ਨੂੰ ਉਹ ਤਾਂ ਮੇਰੇ ਹਿਸਾਬ ਨਾਲ ਤੁਹਾਡੇ ਨਾਲੋਂ ਕਈ ਗੁਣਾ ਜ਼ਿਆਦਾ ਹੋਏਗਾ ਹਲਕਾ ਜਿਹਾ ਵੀ ਡਾਲਰ ਉਹ ਚਾਰਜ ਕਰਦੇ ਹੋਣਗੇ ਤਾਂ 5,000 ਤੋਂ ਘੱਟ ਨਹੀਂ ਕਰਦੇ ਹੋਣਗੇ ਕਿਤੇ ਜ਼ਿਆਦਾ ਹੋਏਗੀ 2,000 ਹੀ ਹੋਊਗੀ ਘੱਟ ਥੋੜ੍ਹੀ ਹੋਊਗੀ ਮੈਂ ਤਾਂ ਫਿਰ ਵੀ ਬਹੁਤ ਛੋਟਾ ਨੰਬਰ ਦੇ ਰਿਹਾ ਸੋ ਜਿਹਦੇ ਕਰਕੇ ਜੁੜੇ ਰਹਿਣ 'ਚ ਹੀ ਫਾਇਦਾ ਹੋਊ ਜੁੜੇ ਰਹਿਣ ਅਸੀਂ ਕੰਸਲਟੈਂਸੀ ਫੀਸ ਲੈਂਦੇ ਹੀ ਨਹੀਂ ਜੇ ਕਿਸੇ ਵੀ ਬੱਚੇ ਨੇ ਅੱਜ ਤੱਕ ਮੇਰੇ ਕੋਲੋਂ ਵੀਜ਼ਾ ਐਕਸਟੈਂਡ ਕਰਾਇਆ ਹੋਊਗਾ ਮੈਨੂੰ ਬਹੁਤ ਸਾਰੇ ਬੱਚਿਆਂ ਦੇ ਨੇਮ ਯਾਦ ਵੀ ਆ ਜਿੱਦਾਂ ਅਕਰਸ਼ਪ੍ਰੀਤ ਆ ਜਿੱਦਾਂ ਨਵਨੀਤ ਕੌਰ ਆ ਅਨੂ ਬਾਲਾ ਵਾ ਇਸੇ ਤਰੀਕੇ ਦੇ ਨਾਲ ਹੋਰ ਵੀ ਇਹ ਤਾਂ ਲੇਟੈਸਟ ਵਾਲੇ ਆ ਇਸ ਤੋਂ ਪਹਿਲਾਂ ਹਰਮਨਦੀਪ ਕੌਰ ਆ ਰੁਪਿੰਦਰਜੀਤ ਕੌਰ ਆ ਇਹਨਾਂ ਬੱਚਿਆਂ ਨੇ ਲੇਟੈਸਟ ਕਰਵਾਏ ਕਿਸੇ ਦੇ ਕੋਲੋਂ ਕੋਈ ਕੰਸਲਟੈਂਸੀ ਫੀਸ ਨਹੀਂ ਹਾਈ ਕਮਿਸ਼ਨ ਦੀ ਫੀਸ ਦੇ ਦਿਓ ਪਲੱਸ ਜੋ ਤੁਹਾਨੂੰ ਫੰਡਸ ਚਾਹੀਦੇ ਉਹ ਲਿਆ ਦਿਓ ਬਸ ਡੈਟਸ ਇਟ ਜਦੋਂ ਆ ਗਿਆ ਫਰੀ ਆਫ ਕੋਸਟ ਲੈ ਜਾਓ ਉਹਨਾਂ ਦੇ ਪੇਰੈਂਟ ਦੀ ਫਾਈਲ ਆ ਉਹ ਵੀ ਸਾਡੀ ਨੋਰਮਲ ਰੇਂਜ 'ਤੇ ਆ ਹੁਣ ਵਿਪਨਦੀਪ ਕੌਰ ਹੁੰਜਨ ਇੱਕ ਸਟੂਡੈਂਟ ਸੀ ਮੈਂ ਉਹਨਾਂ ਨੂੰ ਬਹੁਤ ਜ਼ੋਰ ਲਾਇਆ ਕਿ ਨਹੀਂ ਉਹ ਕਹਿੰਦੇ ਸਰ ਪੈਕੇਜ ਕਰਨਾ ਪਬਲਿਕ ਮੈਂ ਕਿਹਾ ਕਿਹੜਾ ਕਾਲਜ ਸਰ ਉਹਨਾਂ ਨੇ ਕਿਹਾ ਸਰ ਕੋਨਸਟੋਗਾ ਜੇ ਉਹ ਸੁਣਦੀ ਹੋਗੀ ਵੀਡੀਓ ਤੁਸੀਂ ਉਹਨਾਂ ਦੇ ਰਿਲੇਟਿਵ ਆਕਰਸ਼ ਦੀ ਕਜ਼ਨ ਆ ਜਿਹੜੇ ਬੱਚੇ ਦਾ ਮੈਂ ਹੁਣੇ ਨਾਮ ਲਿੱਤਾ ਜਿਹਦਾ ਵੀਜ਼ਾ ਐਕਸਟੈਂਡ ਕਰਾਇਆ ਉਹਦੀ ਕਜ਼ਨ ਆ ਤਾਂ ਉਹਨੂੰ ਉਹੀ ਕਾਲਜ ਦਿੱਤਾ ਉਹ ਕਿਉਂ ਚੇਂਜ ਕਰੂ ਮੇਰੇ ਕੋਲੋਂ ਬੱਚਿਆਂ ਨੇ ਹੁਣੇ ਨੌਰਥਵੈਸਟ ਕਾਲਜ ਲਿੱਤੇ ਉਹ ਕਿਉਂ ਚੇਂਜ ਕਰਨਗੇ ਉਹ ਕਹਿੰਦੇ ਅਲੈਗਜ਼ੈਂਡਰ ਲੈਣਾ ਕੋਲੰਬੀਆ ਲੈਣਾ ਕੁਟਲਮ ਲੈਣਾ ਕੈਪੀਲੈਨੋ ਲੈਣਾ ਯੂਨੀਵਰਸਿਟੀ ਪ੍ਰੋਵੀਡੈਂਸ ਲੈਣੀ ਇਹ ਨਹੀਂ ਚੇਂਜ ਕਰਨਗੇ ਚੇਂਜ ਕਿਹੜੇ ਕਰਨਗੇ ਜਿਨ੍ਹਾਂ ਨੂੰ ਮੈਂ ਕਿਹਾ ਹੋਊਗਾ ਕੁਟਲਮ ਅਤੇ ਦਿੱਤਾ ਹੋਊਗਾ ਕੋਈ ਐਕਸ ਵਾਈ ਜ਼ੈਡ ਉਹ ਕਰੂਗਾ ਚੇਂਜ ਪਰ ਕੀ ਹੈ ਇਹਦੇ ਨਾਲ ਨਾਲ ਕੀ ਹੈ ਕਿ ਜਿਸ ਤਰ੍ਹਾਂ ਮੈਂ ਹੁਣ ਬਹੁਤ ਸਾਰੇ ਬੱਚਿਆਂ ਦੇ ਵੀਜ਼ਾਸ ਅਸੀਂ ਲੈ ਕੇ ਦਿੱਤੇ ਉਹਨਾਂ ਨੂੰ ਪੁੱਛ ਕੇ ਹੀ ਲੈ ਕੇ ਦਿੱਤੇ ਈਵਨ ਕਿ ਉਹਨਾਂ ਨੂੰ ਇਹ ਸਾਰਾ ਦੱਸਿਆ ਵੀ ਆ ਵਰਕ ਪਰਮਿਟ ਵਾਲਾ ਹੈਗਾ ਵਾ ਪਰ ਉੱਥੇ ਕੀ ਹੁੰਦਾ ਨਾ ਸਟੂਡੈਂਟ ਸਾਨੂੰ ਇਹ ਦੱਸਦਾ ਨਹੀਂ ਗਾ ਕਿ ਉਹਦਾ ਕੋਈ ਰਿਲੇਟਿਵ ਉੱਥੇ ਆ ਜਾਂ ਉਹਦਾ ਕੋਈ ਅੱਗੇ ਦਾ ਰਿਲੇਟਿਵ ਉੱਥੇ ਆ ਇੱਕ ਤਾਂ ਹੁੰਦਾ ਫਰਦਰ ਫਸਟ ਸਟੈਪ ਦੇ ਉੱਤੇ ਬਲੱਡ ਦੇ ਵਿੱਚ ਇੱਕ ਆ ਗਿਆ ਸੈਕਿੰਡ ਸਟੈਪ ਦੇ ਉੱਤੇ ਤਾਂ ਉਹ ਕਹਿੰਦਾ ਜੀ ਮੈਂ ਤਾਂ ਸਿੱਧਾ ਹੀ ਉੱਥੇ ਚਲਾ ਗਿਆ ਮੈਂ ਚਲਾ ਗਿਆ ਜੀ ਵਿਨੀਪੈਗ ਚਲਾ ਗਿਆ ਉਹਨੇ ਸਟੇਟ ਹੀ ਚੇਂਜ ਕਰ ਤਾਂ ਫਿਰ ਉਹ ਸਟੇਟ ਦੇ ਵਿੱਚ ਅਸੀਂ ਇਹ ਸੋਚਦੇ ਹਾਂ ਯਾਰ ਅਸੀਂ ਤਾਂ ਸਾਰਾ ਕੁਝ ਕਰ ਲਿਆ ਹੁਣ ਕਾਲਜ ਦਾ ਹੀ ਤੇਰੇ ਨਾਲ ਰਾਈਟ ਆ ਵੀ ਉਹ ਫੀਸ ਰਿਫੰਡ ਕਰਦਾ ਜਾਂ ਕੀ ਆ ਕਿਉਂਕਿ ਇਹ ਇਹਨੂੰ ਆਪਾਂ ਰੋਕ ਨਹੀਂ ਸਕਦੇ ਗੇ ਨਾ ਇਹ ਤਾਂ ਹੁਣ ਮੰਨ ਕੇ ਚੱਲੋ ਆਪਾਂ ਕਿਸੇ ਸ਼ੋਪ ਦੇ ਗਏ ਤੁਸੀਂ ਸ਼ੋਪ ਤੁਸੀਂ ਸ਼ੂ ਲਿੱਤੇ ਮੈਂ ਪੈਂਟ ਲਿੱਤੀ ਮੈਨੂੰ ਪਸੰਦ ਆ ਗਈ ਨਹੀਂ ਆ ਗਈ ਇਹਦਾ ਮਤਲਬ ਇਹ ਨਹੀਂ ਜੇ ਉਹਨੇ ਸੈੱਲ ਕਰਦੀ ਤਾਂ ਮੈਨੂੰ ਪਸੰਦ ਆਉਣੀ ਜਾਣੀ ਆ ਮੈਂ ਉਸ ਕਲਾਇੰਟ ਦੀ ਥਾਂ 'ਤੇ ਆਪਦੇ ਆਪ ਨੂੰ ਰੱਖ ਕੇ ਦੇਖਦਾ ਵੀ ਜੇ ਮੈਂ ਹੁੰਦਾ ਮੈਂ ਵੀ ਤਾਂ ਰਿਲੇਟਿਵ ਕੋਲ ਜਾਂਦਾ ਉਹ ਗੱਲ ਵੱਖਰੀ ਹੈ ਕਿ 10 ਦਿਨਾਂ ਬਾਅਦ ਰਿਲੇਟਿਵ ਨੇ ਘਰੋਂ ਕੱਢ ਦੇਣਾ ਉਹਨਾਂ ਨੇ ਕਰਨਾ ਪਰ ਉਹ ਮੇਰੇ ਕਹਿੰਦੇ ਨਹੀਂ ਸਮਝਣਗੇ ਉਹ ਜਦੋਂ ਉਹਨਾਂ ਨੂੰ ਪ੍ਰੋਬਲਮ ਪਊਗੀ ਉਦੋਂ ਸਮਝਣਗੇ ਉਦੋਂ ਕਹਿਣਗੇ ਸਰ ਨੇ ਠੀਕ ਕਿਹਾ ਸੀ ਆਪਾਂ ਕਹਿੰਦੇ ਨਹੀਂ ਯਾਰ ਜੇ ਬੱਚਾ ਖੁਸ਼ ਆ ਉਹ 'ਚ ਜਾਵੇ ਇਹਦੇ ਬਾਵਜੂਦ ਤੁਸੀਂ ਦੇਖਿਓ ਵਟਸਐਪ ਦੇ ਉੱਪਰ ਜੇ ਕੋਈ ਸਟੇਟਸ ਲੱਗ ਜੇ ਤਾਂ ਇਕੱਲੇ ਵਟਸਐਪ ਦੇ ਉੱਪਰ ਮੇਰਾ 3,000 ਤੋਂ ਪਲੱਸ ਸੀਨ ਹੋ ਜਾਂਦਾ ਇੰਨੇ ਬੱਚੇ ਮੇਰੇ ਨਾਲ ਸਟਿਲ ਐਡ ਆ ਔਰ ਉਹ ਅੱਜ ਦੇ ਨਹੀਂ ਉਹ 2017 ਦੇ ਹੀ ਐਡ ਆ ਜੋ ਨਵੇਂ ਇੰਡੀਆ ਆਇਆ ਵਾ ਕਿਉਂਕਿ ਉਹ ਇੰਨੇ ਪੁਰਾਣੇ ਬੱਚੇ ਵੀ ਜਿਹੜੇ PR ਲੈ ਗਏ ਆ ਮਾਣ ਵਧਾਉਂਦੇ ਆ ਜਦੋਂ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਵਾਪਸ ਆ ਕੇ ਮੈਨੂੰ ਦੱਸਦੇ ਆ
ਕਿ ਸਰ ਮੈਂ ਸਿਟੀਜ਼ਨਸ਼ਿਪ ਲੈ ਲਈ, ਸਰ ਮੈਂ ਪੀ ਆਰ ਹੋ ਗਿਆ, ਸਭ ਸਾਨੂੰ ਵੀ ਵਧੀਆ ਲੱਗਦਾ, ਚਲੋ ਯਾਰ ਅਸੀਂ ਕਿਸੇ ਦੇ ਮੈਂਟਰ ਬਣੇ, ਅਸੀਂ ਕਿਸੇ ਦੇ ਗੁਰੂ ਬਣ ਗਏ, ਪਰ ਆਪਦੇ ਆਪ ਨੂੰ ਗੁਰੂ ਅਸੀਂ ਸਮਝਦੇ ਨੇਗੇ, ਉਹਨਾਂ ਨੇ ਸਮਝਿਆ, ਨੀਵੇਂ ਹੋ ਕੇ ਚੱਲਦੇ ਹਾਂ ਵੀ ਠੀਕ ਹੈ ਯਾਰ ਸਾਡਾ ਕੰਮ ਸਿਰਫ ਫਾਈਲ ਲਾਉਣ ਦਾ ਵਾ, ਐਡੇ ਵੱਡੇ ਨਾ ਬਣਾਓ ਕਿਉਂਕਿ ਮੈਂ ਨਹੀਂ ਲਾਊਂਗਾ ਕੋਈ ਹੋਰ ਲਾਊਗਾ, ਪਰ ਠੀਕ ਆ ਮੇਰਾ ਇਹ ਮੰਨਣਾ ਵਾ ਵੀ ਅਸੀਂ ਅੱਜ ਤੱਕ ਆਪਦੇ ਆਪ ਨੂੰ ਕਿਉਂ ਨਹੀਂ ਮਹਿਸੂਸ ਕਰ ਪਾਏ ਰਿਸੈਸ਼ਨ ਆ, ਕਿਉਂਕਿ ਫਾਈਲਿੰਗ ਦਾ ਕੰਮ ਆ ਸਵੇਰ ਤੋਂ, ਅੱਜ ਵੀ ਦੋ ਆਫ ਲੈਟਰ ਅਪਲਾਈ ਕੀਤੀਆਂ, ਦੋ ਮੈਂ ਗੱਲ ਕੀਤੀਆਂ, ਇਸ ਤੋਂ ਪਹਿਲਾਂ ਵੀ ਤਾਂ ਇਹੀ ਕਰਦਾ ਸੀਗਾ, ਮੇਰੇ ਲਈ ਕੋਈ ਰਿਸੈਸ਼ਨ ਨਹੀਂਗਾ, ਮੈਂ ਉਦੋਂ ਵੀ ਸੱਚ ਦੇ ਨਾਲ ਚੱਲਦਾ ਸੀ, ਮੈਂ ਝੂਠ ਮਾਰਦਾ ਹੁੰਦਾ ਤਾਂ ਮੈਨੂੰ ਫਰਕ ਪੈਂਦਾ, ਮੇਰੇ ਲਈ ਤਾਂ ਉਹੀ ਸਿਸਟਮ ਹੈ। ਈਵਨ ਕਿ ਵਿਜ਼ਟਰ ਦੀ ਫਾਈਲ ਜਿਹੜੀ ਸਾਡੇ ਕੋਲ ਪਹਿਲਾਂ 20 ਸੀ ਉਹ ਸਾਡੀ 50 ਹੋ ਗਈ, ਕਿਉਂਕਿ ਬੱਚੇ ਜ਼ਿਆਦਾ ਚੱਲੇ ਗਏ, ਉਹਨਾਂ ਦੇ ਪੇਰੈਂਟ ਜ਼ਿਆਦਾ ਜਾਣ ਵਾਲੇ ਆ। ਸੋ ਇਹ ਸਾਰਾ ਸਿਨੈਰੀਓ ਆ, ਜਦੋਂ ਤੁਸੀਂ ਕੰਮ ਵੱਡੇ, ਹੁਣ ਉੱਧਰ ਕਹਿ ਰਹੇ ਕੰਮ ਔਖੇ ਮਿਲਦੇ ਆ, ਜਿਹੜਾ ਕੰਮ 'ਤੇ ਲੱਗਾ ਕਹਿੰਦਾ ਮੈਨੂੰ ਲੱਗਾ ਹੀ ਰਹਿਣ ਦਿਓ, ਮੰਮੀ ਡੈਡੀ ਤੁਸੀਂ ਆ ਜਾਓ। ਇਹ ਇੱਕ ਹੋਰ ਵੀ ਚੀਜ਼ ਆ, ਜਿਹੜੇ ਇਹ ਰੂਲ ਅਪਡੇਟ ਹੋਏ ਆ, ਇੱਥੇ ਬਹੁਤ ਸਾਰੇ ਕੰਸਲਟੈਂਟ ਨੇ ਕਹਿਣਾ ਵਾ ਯਾਰ ਇਹ ਤਾਂ ਮਾੜਾ ਹੋ ਗਿਆ, ਇਹ ਤਾਂ ਇੱਦਾਂ ਹੋ ਗਿਆ, ਨਹੀਂ, ਹਰ ਚੀਜ਼ ਇੱਕ ਵਾਰੀ ਨਹੀਂ ਹੁੰਦੀ। ਇੱਕ ਗੱਲ ਯਾਦ ਰੱਖਿਓ, ਜ਼ਿੰਦਗੀ ਦੇ ਵਿੱਚ ਹਰ ਸਮੇਂ ਦਾ, ਹਰ ਚੀਜ਼ ਦਾ ਆਪਣਾ ਇੱਕ ਟਾਈਮ ਆਉਣਾ ਵਾ। ਦੇਖੋ ਘੜੀ ਨੂੰ ਬੰਦ ਰੱਖ ਦਿਉ, ਉਹਦੇ ਵੀ ਦੋ ਵਾਰੀ ਉਹਦਾ ਟਾਈਮ ਆ ਜਾਂਦਾ, 12 ਵਜਦੇ ਆ ਜਦੋਂ, ਸਹੀ ਟਾਈਮ ਦਿੱਤਾ ਨਾ ਉਹਨੇ ਵੀ। ਇਸੇ ਕਰਕੇ ਜਦੋਂ ਬੰਦ ਘੜੀ ਦਾ ਵੀ ਆਪਦਾ ਸਮਾਂ ਚੱਕਰ ਪੂਰਾ ਕਰਕੇ ਆਉਂਦਾ, ਬੰਦ ਪਏ ਕਾਲਜਾਂ ਦਾ ਇੰਡੀਆ 'ਚ ਸਮਾਂ ਆ ਗਿਆ, ਆ ਗਿਆ ਕਿ ਨਹੀਂ? ਪਹਿਲਾਂ ਪਲੱਸ ਟੂ ਤੋਂ ਬਾਅਦ 'ਚ ਕੋਈ ਨਹੀਂ ਜਾਂਦਾ ਸੀ, ਉਹ ਆ ਗਿਆ, ਹੁਣ ਆਇਲ ਸੈਂਟਰ ਦਾ ਸਮਾਂ ਗਿਆ, ਹੁਣ ਉਹ ਜਦੋਂ ਜਾਂਦਾ ਪਿਆ, ਦੇਖੋ ਤੁਹਾਡੇ ਕੋਲ ਔਨਲਾਈਨ ਆ, ਤੁਹਾਨੂੰ ਕੋਈ ਇਫੈਕਟ ਨਹੀਂ ਪਊਗਾ, ਕੈਨੇਡਾ ਦੇ ਵਿੱਚ ਔਨਲਾਈਨ ਬੰਦੇ ਕੋਚਿੰਗ ਲੈਣ ਵਾਲੀ ਗੱਲ ਆ। ਜਦੋਂ ਮੈਂ ਇੰਡੀਆ ਸਟਾਰਟ ਦੇ ਵਿੱਚ ਆਇਆ ਸੀਗਾ ਤਾਂ ਮੈਂ ਆਪਣੇ 5 ਤੋਂ 7 ਸਟੂਡੈਂਟ ਨੂੰ ਕੋਚਿੰਗ ਦਿੰਦਾ ਸੀ, ਮੈਂ ਝੂਠ ਮਾਰਾ 100 ਨੂੰ ਦਿੰਦਾ ਸੀ, ਇੰਨੀ ਦਿੰਦਾ ਸੀ, ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਸਰ ਕੋਲ ਕੈਲੀਬਰ ਆ, ਸਰ ਸਾਨੂੰ ਸਮਝਾ ਸਕਦੇ ਆ। ਪਰ ਜਦੋਂ ਮੇਰਾ ਦਾਇਰਾ ਫਾਈਲਿੰਗ 'ਚ ਵੱਧ ਗਿਆ, ਮੈਂ ਨਹੀਂ ਸਮਾਂ ਦੇ ਪਾ ਰਿਹਾ, ਤਾਂ ਮੈਂ ਇਹਦੇ 'ਚ ਪਰਫੈਕਟ ਹੋਇਆ। ਤੁਸੀਂ ਦੇ ਰਹੇ ਹੋ, ਇਹ ਬਹੁਤ ਮਾਣ ਵਾਲੀ ਅਤੇ ਵੱਡੀ ਗੱਲ ਆ ਕਿ ਤੁਸੀਂ ਕਿਸੇ ਨੂੰ ਸਮਝਾਉਣ ਦੇ ਲਾਇਕ ਬਣੇ ਹੋ, ਇਨਸਾਨੀਅਤ ਵੀ ਆ ਅਤੇ ਕੰਮ ਵੀ ਆ। ਲੇਕਿਨ ਜੇ ਤੁਸੀਂ ਇਹੀ ਗੱਲ ਇਹਨਾਂ ਦੁਕਾਨਦਾਰਾਂ ਨੂੰ ਕਹੋ ਜਿਨ੍ਹਾਂ ਦੇ ਆਇਲ ਸੈਂਟਰ ਆ, ਇਹਨਾਂ 'ਚ ਕੋਈ ਨਹੀਂ ਕਰਾ ਪਾਊਗਾ, ਪਤਾ ਕਿਉਂ? ਕਿਉਂਕਿ ਇਹਨਾਂ ਨੇ ਤਾਂ ਸਰ ਕਾਰ ਚਲਾਉਣੀ ਹੈ ਜਿਹੜੀ ਨਵੀਂ ਕਢਾਈ ਆ, ਵੀਡੀਓ ਦੇ ਉੱਤੇ ਉੱਚੀ ਉੱਚੀ ਰੌਲਾ ਪਾਉਣਾ ਵਾ ਇਹਨਾਂ ਨੇ। ਇਹਨਾਂ ਨੂੰ ਜੇ ਤੁਸੀਂ ਆਇਲਸ ਦੀ ਫੁੱਲ ਫਾਰਮ ਪੁੱਛ ਲਓ ਜਾਂ ਇਹਨਾਂ ਨੂੰ ਆਇਲਸ ਦੀ ਨਵੀਂ ਅਪਡੇਸ਼ਨ ਪੁੱਛ ਲਓ, ਇਹਨਾਂ ਨੂੰ ਕੁਛ ਨਹੀਂ ਆਉਣਾ। ਨਹੀਂ, ਆਇਲਸ ਨਹੀਂ ਦੱਸ ਸਕਦੇ ਕਿਉਂਕਿ ਇਹਨਾਂ ਲਈ ਆਇਲਟਸ ਹੈ। ਚਲੋ ਠੀਕ ਹੈ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ। ਆਏ ਓਕੇ, ਤੁਹਾਨੂੰ ਵੀ ਸਾਰਿਆਂ ਨੂੰ, ਮੇਰੇ ਸਪੈਕਟੇਟਰਸ, ਮੇਰੇ ਆਡੀਅੰਸ, ਮੇਰੇ ਸਬਸਕ੍ਰਾਈਬਰ ਨੂੰ ਇਹ ਵੀਡੀਓ ਜ਼ਰੂਰ ਚੰਗਾ ਲੱਗਾ ਹੋਏਗਾ। ਅਗਰ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ, ਅਤੇ ਕਿਸੇ ਵੀ ਕੁਐਸਚਨ ਜਾਂ ਕੋਈ ਵੀ ਚੀਜ਼ ਤੁਹਾਨੂੰ ਕਲੀਅਰ ਨਹੀਂ ਹੋਈ, ਕਮੈਂਟ ਸੈਕਸ਼ਨ ਦਾ ਇਸਤੇਮਾਲ ਕਰੋ, ਇੱਕ ਛੋਟਾ ਜਿਹਾ ਲਾਈਕ ਕਰ ਦਿਉ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਮੇਰੇ ਜਿੰਨੇ ਫੈਨਸ ਨੇ, ਇਹਨਾਂ ਦੇ ਜਿੰਨੇ ਫੈਨਸ ਨੇ, ਸਾਰੇ ਆਪਣੇ ਫਰੈਂਡਸ ਨੂੰ ਸ਼ੇਅਰ ਕਰੋ, ਅਤੇ ਬਹੁਤ ਜਲਦੀ ਮਿਲਦੇ ਹਾਂ, ਹੋਰ ਇੰਪੋਰਟੈਂਟ ਅਪਡੇਟਸ ਜੋ ਵੀ ਆਉਂਦੇ ਰਹਿਣਗੇ ਸਰ ਦੇ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ। ਧੰਨਵਾਦ।